मैं हाँ बलिंदर सिंह गुरमानी ते तुसी वेख रहे हो साडा खास प्रोग्राम महक पंजाब दी। जी हाँ, इस प्रोग्राम विच असी सद्दा दिंदे हां ऑस्ट्रेलिया दे कुछ खास मेहमानां नूं अते हर वार साडी कोशिश हुंदी है कि एक नवे मुद्दे दे नाल एक नवी चर्चा दे नाल तुहाडे सामने हाजिर होईए और अजिहे कुछ लोकां नूं तुहाडे सन्मुख करिए जिन्हां दा एक वड्डा रुतबा एक वड्डा मुकाम है, जिन्हां ने जिंदगी विच बहुत ही जज्बे नाल कुछ काम कीता है अते दूजिआं नूं वी अपने नक्शे कदमां ते चलण दी उह नसीहत दे रहे ने। अते अज साडे नाल जो शख्सियत मौजूद ने ਉਹ ਇੱਕ ਲੇਖਕ ਵੀ ਨੇ, ਆਥਰ ਵੀ ਨੇ, ਬੱਚਿਆਂ ਨੂੰ ਪੜ੍ਹਾਉਂਦੇ ਵੀ ਨੇ ਅਤੇ ਇੱਕ ਕਿਸਾਨ ਦੇ ਬੇਟੇ ਨੇ ਅਤੇ ਫਿਰ ਪੰਜਾਬ ਤੋਂ ਜਨਮੇ ਹੋਏ ਸ਼ਖਸ ਪਹੁੰਚੇ ਨੇ ਆਸਟ੍ਰੇਲੀਆ ਸਿਡਨੀ ਵਿੱਚ ਅਤੇ ਇੱਕ ਵੱਖਰਾ ਮੁਕਾਮ ਉਹਨਾਂ ਨੇ ਹਾਸਲ ਕੀਤਾ ਹੈ। ਜੀ ਹਾਂ, ਸਾਡੇ ਨਾਲ ਮੌਜੂਦ ਨੇ ਲਿਟਰੇਰੀ ਆਰਟਿਸਟ ਸਿਡਨੀ ਤੋਂ ਡਾਕਟਰ ਅਵਤਾਰ ਸਿੰਘ ਸੰਘਾ ਸਾਹਿਬ। ਡਾਕਟਰ ਅਵਤਾਰ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਮਹਿਕ ਪੰਜਾਬ ਦੇ ਵਿੱਚ। ਜੀ ਹਾਂ, ਆਇਆਂ ਨੂੰ ਚੈਨਲ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਦੇ ਨਾਲ ਸਤਿ ਸ੍ਰੀ ਅਕਾਲ। ਡਾਕਟਰ ਅਵਤਾਰ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੀ ਜ਼ਿੰਦਗੀ ਦੇ ਕੁਝ ਅਣਛੋਏ ਪਹਿਲੂਆਂ ਤੇ ਅਸੀਂ ਨਿਗਾਹ ਮਾਰਨਾ ਚਾਹਾਂਗੇ ਅੱਗੇ ਵਧਣ ਤੋਂ ਪਹਿਲਾਂ ਕਿ ਆਖਰ ਪੰਜਾਬ ਤੋਂ ਸਿਡਨੀ ਦਾ ਸਫ਼ਰ ਕਿਸ ਤਰ੍ਹਾਂ ਮੁਕੰਮਲ ਹੋਇਆ, ਕਿਹੜੇ ਸਾਲ ਵਿੱਚ ਤੁਸੀਂ ਆਸਟ੍ਰੇਲੀਆ ਵਿੱਚ ਪਹੁੰਚੇ? ਗੁਰਬਾਣੀ ਸਾਹਿਬ, ਮੈਂ ਪੰਜਾਬ ਦੇ ਵਿੱਚ ਦੋ ਕਾਲਜਾਂ 25 ਸਾਲ ਪ੍ਰੋਫੈਸਰੀ ਕੀਤੀ ਅੰਗਰੇਜ਼ੀ ਦੀ। 1974 ਚ ਮੈਂ ਪੰਜਾਬ ਯੂਨੀਵਰਸਿਟੀ ਕੈਂਪਸ ਚੰਡੀਗੜ੍ਹ ਤੋਂ ਅੰਗਰੇਜ਼ੀ ਦੀ ਐਮਏ ਕੀਤੀ ਸੀ ਚੰਗੇ ਨੰਬਰਾਂ ਤੇ। ਉਦੋਂ ਪੰਜਾਬ ਯੂਨੀਵਰਸਿਟੀ ਦਾ ਦਾਇਰਾ ਹਿਸਾਰ ਤੇ ਹਰਿਆਣੇ ਵਿੱਚ ਕਾਫੀ ਦੂਰ ਤੱਕ ਹੁੰਦਾ ਸੀ। ਉਸ ਤੋਂ ਪਹਿਲਾਂ ਮੈਂ ਬੀਏ ਆਨਰ ਦੇ ਡਿਗਰੀ ਕੀਤੀ, ਫਸਟ ਡਿਵੀਜ਼ਨ ਲੈ ਕੇ ਸਾਰੇ ਪੰਜਾਬ ਯੂਨੀਵਰਸਿਟੀ ਵਿੱਚੋਂ ਸੈਕਿੰਡ ਰਹਿ ਕੇ, ਤੇ ਉਸ ਤੋਂ ਬਾਅਦ ਮੈਂ ਲੈਕਚਰਰ ਲੱਗ ਗਿਆ। ਮੈਂ ਡਿਗਰੀ ਦਾ ਚੰਡੀਗੜ੍ਹ ਵਿੱਚ ਮੈਂ ਇੱਕ ਸੈਸ਼ਨ ਰਿਹਾ 1976 ਦਾ, ਲੇਕਿਨ ਉਹ ਕਾਲਜ ਮੈਨੂੰ ਛੱਡ ਕੇ ਖਾਲਸਾ ਕਾਲਜ ਗੜ੍ਹ ਸ਼ੰਕਰ ਜਾਣਾ ਪਿਆ। ਉਹਦਾ ਰੀਜ਼ਨ ਸੀ ਕਿ ਉਸ ਸਾਲ ਐਮਫਿਲ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਸੀਗੀਆਂ 1976 ਵਿੱਚ। ਜਿਹੜੇ ਵੀ ਲੈਕਚਰਰ 1977 ਵਿੱਚ ਰੱਖਦੇ ਸੀ ਕਾਲਜਾਂ ਦੇ, ਤਿੰਨਾਂ ਯੂਨੀਵਰਸਿਟੀਆਂ ਦੇ ਵਿੱਚੋਂ ਐਮਫਿਲ ਕੀਤੇ ਹੋਏ ਸਟੂਡੈਂਟ ਜਿਹੜੇ ਕੈਂਡੀਡੇਟ ਸਹੀ ਆ, ਤੇ ਸਾਰੇ ਕਾਲਜਾਂ ਨੂੰ ਮਿਲ ਜਾਣੇ ਸੀ, ਖਾਸ ਕਰਕੇ ਵੱਡੇ ਕਾਲਜਾਂ ਨੂੰ। ਡੀਏਵੀ ਕਾਲਜ ਬਹੁਤ ਵੱਡਾ ਕਾਲਜ ਹੈ ਤੁਹਾਨੂੰ ਪਤਾ, ਚੰਡੀਗੜ੍ਹ ਦਾ 10 ਸੈਕਟਰ ਦੇ ਵਿੱਚ। ਤਾਂ ਮੈਂ ਕੋਸ਼ਿਸ਼ ਕੀਤੀ ਕਿ ਮੈਂ ਬੜੀ ਜਲਦੀ ਕਿਸੇ ਤਰੀਕੇ ਨਾਲ ਐਮਫਿਲ ਕਰਨ ਤੋਂ ਬਗੈਰ ਪਹਿਲਾਂ ਪਹਿਲਾਂ ਕਿਤੇ ਪਰਮਾਨੈਂਟ ਹੋ ਜਾਵਾਂ। ਮੇਰਾ ਪੁਰਾਣਾ ਕਾਲਜ, ਮੇਰਾ ਪੁਰਾਣਾ ਇਲਾਕਾ ਸੀ ਗੜ੍ਹ ਸ਼ੰਕਰ ਦਾ ਇਲਾਕਾ, ਜਿਹੜੀ ਹੁਸ਼ਿਆਰਪੁਰ ਦੀ ਤਹਿਸੀਲ ਹੈ, ਉੱਥੇ ਖਾਲਸਾ ਕਾਲਜ ਦੇ ਵਿੱਚ ਜਗ੍ਹਾ ਖਾਲੀ ਸੀ। ਕਮੇਟੀ ਵੀ ਚਾਹੁੰਦੀ ਸੀ ਕਿ ਮੈਨੂੰ ਉੱਥੇ ਲਿਜਾਇਆ ਜਾਵੇ, ਤੇ ਮੈਂ ਉੱਥੇ 77 ਦੇ ਸ਼ੁਰੂ ਵਿੱਚ ਜਨਵਰੀ ਵਿੱਚ ਉੱਥੇ ਚਲਾ ਗਿਆ ਸੀ। ਉੱਥੇ ਮੈਂ 25 ਸਾਲ ਪੜ੍ਹਾਇਆ ਬੀਏ ਬੀਐਸਸੀ ਬੀਕੌਮ ਵਗੈਰਾ ਕਲਾਸਾਂ ਨੂੰ, ਤੇ ਉਸ ਤੋਂ ਬਾਅਦ ਫਿਰ 25 ਸਾਲ ਪੜ੍ਹਾਉਣ ਤੋਂ ਬਾਅਦ ਮੈਂ ਸਨ 2000 ਦੇ ਵਿੱਚ, ਜਦੋਂ ਮੇਰੇ ਬੱਚੇ ਲੜਕੀ ਵੱਡੀ ਸੀ ਜਵਾਨ ਹੋਣ ਲੱਗੀ, ਲੜਕਾ ਛੋਟਾ ਸੀ, ਮਨ ਚ ਆਇਆ ਕਿ ਲੋਕੀ ਬੱਚਿਆਂ ਨੂੰ ਬਾਹਰ ਐਜੂਕੇਸ਼ਨ ਦਿੰਦੇ ਆ, ਜੇ ਮੈਂ ਖੁਦ ਹੀ ਟਰਾਈ ਕਰਕੇ ਦੇਖ ਲਾਂ ਅਪਲਾਈ ਕਰਕੇ। ਉਮਰ ਤਾਂ ਮੇਰੀ ਜ਼ਿਆਦਾ ਸੀ ਉਸ ਵੇਲੇ, ਮੈਂ 45 ਸਾਲ ਹੁਣ ਸਿਰਫ ਮਹੀਨਾ ਕੁ ਪਹਿਲਾਂ ਐਪਲੀਕੇਸ਼ਨ ਪਾ ਕੇ ਐਵੇਂ ਦੇਖੀ, ਲੇਕਿਨ ਉਹ ਐਪਲੀਕੇਸ਼ਨ 1.5 ਸਾਲ ਦੇ ਵਿੱਚ ਹੀ ਉਹਦੀ ਉਹਨਾਂ ਨੇ ਕਲੀਅਰ ਕਰਤੀ ਅੰਬੈਸੀ ਨੇ ਮੈਨੂੰ ਤੇ ਮੇਰੀ ਵਾਈਫ ਨੂੰ, ਮੇਰੇ ਦੋਨਾਂ ਬੱਚਿਆਂ ਨੂੰ। ਉੱਥੋਂ ਸਨ 2000 ਦੇ ਵਿੱਚ ਇਹਨਾਂ ਨੇ ਸਾਨੂੰ ਵੀਜ਼ਾ ਦੇ ਦਿੱਤਾ, PR ਦੇ ਦਿੱਤੀ, ਪਰਮਾਨੈਂਟ ਰੈਜੀਡੈਂਸੀ ਦੇ ਦਿੱਤੀ ਸ਼ੁਰੂ ਤੋਂ ਹੀ, ਤੇ ਅਸੀਂ 2000 April ਦੇ ਵਿੱਚ ਆਸਟ੍ਰੇਲੀਆ ਆ ਗਏ, ਤੇ ਉਸ ਤੋਂ ਬਾਅਦ ਸਾਨੂੰ ਹੁਣ ਆਸਟ੍ਰੇਲੀਆ ਵਿੱਚ ਰਹਿੰਦੇ ਹਨ। ਪਿਛਲੇ April ਦੇ ਵਿੱਚ 20 ਸਾਲ ਹੋ ਗਿਆ ਸੀ ਜੀ। ਪਰ ਨਾਲ ਹੀ ਨਾਲ ਤੁਹਾਡੇ ਤੋਂ ਇਹ ਵੀ ਜ਼ਰੂਰ ਜਾਣਨਾ ਚਾਹਾਂਗੇ ਕਿ ਇੱਕ ਕਿਸਾਨ ਦੇ ਬੇਟੇ ਹੋ ਤੁਸੀਂ ਔਰ ਕਿਸਾਨ ਦੇ ਬੇਟੇ ਹੋਣ ਦੇ ਨਾਤੇ ਹਰ ਕਿਸਾਨ ਦੀ ਇੱਕ ਖੁਆਇਸ਼ ਹੁੰਦੀ ਹੈ ਕਿ ਉਹਨਾਂ ਦਾ ਬੇਟਾ ਹੀ ਅੱਗੇ ਉਹਨਾਂ ਦੀ ਜ਼ਮੀਨ ਜਾਇਦਾਦ ਦੀ ਰਖਵਾਲੀ ਕਰੇ, ਖੇਤਾਂ ਦੀ ਰਖਵਾਲੀ ਕਰੇ, ਫਿਰ ਖੇਤਾਂ 'ਚ ਹੀ ਅੱਗੇ ਉਹਨਾਂ ਦਾ ਬਿਜ਼ਨਸ ਹੋਰ ਵਧਾਵੇ। ਪਰ ਤੁਸੀਂ ਆਸਟ੍ਰੇਲੀਆ ਦਾ ਸਫ਼ਰ ਚੁਣਿਆ, ਪਰਿਵਾਰ ਵੱਲੋਂ ਕਿਸ ਤਰ੍ਹਾਂ ਰਾਜ਼ੀਨਾਮਾ ਮਿਲਿਆ ਤੁਹਾਨੂੰ? ਦੇਖੋ, ਮੇਰੀ ਫੈਮਿਲੀ ਦੇ ਵਿੱਚ ਜ਼ਮੀਨ ਚੰਗੀ ਸੀ, ਲੇਕਿਨ ਉਹ ਬੜੇ ਗਲਤ ਤਰੀਕੇ ਨਾਲ ਵੰਡ ਹੋ ਗਈ ਸੀ। ਸਾਡੀ ਜ਼ਮੀਨ ਜਿਹੜੀ ਅੱਧੀ ਜ਼ਮੀਨ ਹੈ, ਮੇਰਾ ਇੱਕ ਚਾਚਾ ਹੀ ਲੈ ਗਿਆ ਸੀ, ਇਧਰੋਂ ਵੀ ਚੌਥਾ ਹਿੱਸਾ ਲੈ ਗਿਆ ਸੀ। ਜ਼ਮੀਨ ਘੱਟ ਬਚੀ ਸੀ ਔਰ ਘਰ ਦੇ ਵੀ ਇਹੀ ਚਾਹੁੰਦੇ ਸੀ। ਫਾਦਰ ਮੇਰਾ ਅਨਪੜ੍ਹ ਸੀ, ਫਾਦਰ ਹੁਣ ਮੇਰੇ ਅਨਪੜ੍ਹ ਸੀਗੇ, ਮੈਂ ਅਨਪੜ੍ਹ ਬੈਕਗ੍ਰਾਉਂਡ ਦੇ ਵਿੱਚੋਂ ਹੈਗਾ। ਅਨਪੜ੍ਹ ਬੈਕਗ੍ਰਾਉਂਡ ਦੇ ਵਿੱਚੋਂ ਮੈਂ ਬੀਏ ਆਨਰਸ ਫਸਟ ਡਿਵੀਜ਼ਨ ਤੇ ਕੀਤੀ ਅੰਗਰੇਜ਼ੀ ਦੀ, ਐਮਏ ਅੰਗਰੇਜ਼ੀ ਵੀ ਹਾਈ ਸੈਕੰਡ ਡਿਵੀਜ਼ਨ ਤੇ ਚੰਡੀਗੜ੍ਹ ਕੈਂਪਸ ਦੇ ਵਿੱਚ
ਹੋਸਟਲ ਚ ਰਹਿ ਕੇ ਕੀਤੀ। ਫਿਰ ਮੈਂ 88 ਚ ਪ੍ਰਾਈਵੇਟਲੀ PhD ਵੀ ਕੀਤੀ ਅੰਗਰੇਜ਼ੀ ਵਿੱਚ 88 ਦੇ ਵਿੱਚ। ਫਿਰ ਮੈਂ ਟ੍ਰਿਬਿਊਨ ਨੂੰ ਲਿਖਣ ਲੱਗ ਪਿਆ ਸੀ, ਬਾਅਦ ਵਿੱਚ ਕਰਾ ਗਏ। ਤੋ ਮੇਰੇ ਮਾਪਿਆਂ ਦਾ ਵੀ ਕੋਈ ਐਸਾ ਹੈਡ ਸੀ ਵੀ ਉੱਥੇ ਜਿੰਨੀ ਜ਼ਿਆਦਾ ਜਾਇਦਾਦ ਸੀ, ਜਦੋਂ ਸੰਭਾਲਣ ਲਈ ਕੋਈ ਬੰਦੇ ਚਾਹੀਦੇ ਆ। ਅਸੀਂ ਤਿੰਨ ਭਰਾ ਸੀ, ਸਾਡੀ ਅੱਗੇ ਜ਼ਮੀਨ ਜ਼ਿਆਦਾ ਵੰਡ ਹੋ ਕੇ ਫਿਰ ਬਹੁਤ ਘੱਟ ਰਹਿ ਜਾਂਦੀ ਸੀ, ਤੇ ਮੰਨ ਗਏ ਸੀ ਵੀ ਜ਼ਮੀਨ ਇੰਨੀ ਘੱਟ ਵਾ ਜਿਹਦੇ ਵਿੱਚ ਗੁਜ਼ਾਰਾ ਨਹੀਂ ਕੀਤਾ ਜਾ ਸਕਦਾ। ਕੋਸ਼ਿਸ਼ ਇਹ ਕੀਤੀ ਜਾਵੇ ਕਿ ਐਸੇ ਪਾਸੇ ਨੂੰ ਨਿਕਲਿਆ ਜਾਵੇ ਜਿੱਥੇ ਬੰਦਾ ਚੰਗੀ ਜ਼ਿੰਦਗੀ ਬਸਰ ਕਰ ਸਕੇ ਔਰ ਆਪਣੇ ਸ਼ੌਕ ਲਿਖਣ ਪੜ੍ਹਨ ਦੇ ਇਹ ਵੀ ਸਾਰੇ ਪੂਰੇ ਕਰ ਸਕੇ। ਔਰ ਮਾਪਿਆਂ ਵੱਲੋਂ ਕੋਈ ਏਦਾਂ ਦੀ ਕੰਪਲਸ਼ਨ ਨਾ ਸੀਗਾ, ਜਿਹੜੀ ਸਾਰੀ ਆਪਣੀ ਚੁਆਇਸ ਸੀ। ਆਪਣੀ ਚੁਆਇਸ ਰਾਹੀਂ ਮੈਂ ਮਿਹਨਤ ਕਰਕੇ 21 ਸਾਲ ਦੀ ਉਮਰ ਦੇ ਵਿੱਚ ਤਾਂ ਮੈਂ ਐਵੇਂ ਅੰਗਰੇਜ਼ੀ ਕਰ ਲਈ ਚੰਡੀਗੜ੍ਹ ਤੋਂ, 21 ਸਾਲ ਚ ਮੈਂ ਲੈਕਚਰਾਰ ਲੱਗ ਗਿਆ ਸੀ। ਤੋ ਏਦਾਂ ਦੀ ਗੱਲਬਾਤ ਸੀ ਜੀ। ਪਰ ਨਾਲੇ ਨਾਲ ਜੇਕਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਵਿੱਚ ਇਸ ਸਮੇਂ ਕੀ ਕੁਝ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ? ਦੇਖੋ, ਜਦੋਂ ਮੈਂ ਆਸਟ੍ਰੇਲੀਆ ਐਂਟਰ ਹੋਇਆ ਤੇ ਮੇਰੇ ਮਨ ਵਿੱਚ ਸੀ ਵੀ ਮੈਂ ਇਸ ਢਾਂਚੇ ਤੋਂ ਵਾਕਫ ਨਹੀਂ ਸੀ। ਜਦੋਂ ਅਸੀਂ ਇਸ ਢਾਂਚੇ ਦੇ ਵਿੱਚ ਆ ਰਹੇ ਹਾਂ, ਇਸ ਨਵੇਂ ਸੈਟਅਪ ਦੇ ਵਿੱਚ ਆ ਰਹੇ ਹਾਂ, ਇਹ ਦੇਸ਼ ਜਿਹੜੇ ਹੈਗੇ ਆ ਇਹ ਫਸਟ ਵਰਲਡ ਕੰਟਰੀਜ਼ ਦੇ ਵਿੱਚ ਜਿਹੜੇ ਜਾਂਦੇ ਆ, ਆਸਟ੍ਰੇਲੀਆ, ਅਮੈਰੀਕਾ, ਕੈਨੇਡਾ, ਨਿਊਜ਼ੀਲੈਂਡ, ਇੰਗਲੈਂਡ ਤੇ ਜਿਹੜੇ ਕੰਟਰੀ ਪੰਜ ਹੈਗੇ ਆ ਜਿਹੜੇ ਚ ਅਮੈਰੀਕਾ, ਇਹ ਫਸਟ ਵਰਲਡ ਕੰਟਰੀ ਜਿਹਨਾਂ ਨੂੰ ਗਿਣਦੇ ਹੁੰਦੇ ਸੀ ਪਹਿਲਾਂ, ਤੇ ਜਿਹੜੇ ਸਾਡੇ ਦੇਸ਼ ਹੈਗੇ ਆ ਆਪਣੇ ਇੰਡੀਆ, ਜਿਹੜਾ ਅਮੈਰੀਕਾ, ਅਫਰੀਕਨ ਕੋਂਟੀਨੈਂਟ ਹੈ, ਏਸ਼ੀਅਨ ਕੋਂਟੀਨੈਂਟ ਦੇ ਦੇਸ਼ ਬਹੁਤੇ ਆ, ਉਹ ਥਰਡ ਵਰਲਡ ਕੰਟਰੀ ਗਿਣੇ ਜਾਂਦੇ ਸੀ, ਥਰਡ ਵਰਲਡ ਕੰਟਰੀਜ਼ ਗਿਣੇ ਜਾਂਦੇ ਰਹੇ ਆ। ਤੇ ਆ ਕੇ ਵੀ ਕਿਉਂਕਿ ਜਿਹੜੀਆਂ ਡਿਗਰੀਆਂ ਹੈਗੀਆਂ ਉਧਰਲੀਆਂ ਉਹਨਾਂ ਦੇਸ਼ਾਂ ਤੋਂ ਲਈਆਂ ਗਈਆਂ ਡਿਗਰੀਆਂ ਯੂਨੀਵਰਸਿਟੀਆਂ ਦੀਆਂ, ਇਹ ਦੇਸ਼ ਰੈਕੋਗਨਾਈਜ਼ ਨਹੀਂ ਕਰਦੇ, ਭਾਵੇਂ MA ਕਰੋ, ਸਿਰਫ ਰੈਕੋਗਨਾਈਜ਼ ਇੱਕ ਕੰਮ ਲਈ ਕਰਦੇ ਆ, ਫਰਦਰ ਐਜੂਕੇਸ਼ਨ ਲਈ। ਦੇਖੋ, ਰੈਕੋਗਨਾਈਜ਼ ਦੋ ਪ੍ਰਕਾਰ ਦੀ ਹੁੰਦੀ ਆ। ਨੰਬਰ ਇੱਕ ਹੁੰਦੀ ਹੈਗੀ ਆ ਵੀ ਤੁਸੀਂ ਉਹਦੇ ਬੇਸ ਤੇ ਜੋਬ ਮਿਲ ਜਾਵੇ, ਇੱਥੇ ਆ ਕੇ ਉਹਨਾਂ ਡਿਗਰੀਆਂ ਦੇ ਬੇਸ ਤੇ ਜੋਬ ਮਿਲ ਜਾਵੇ। ਨੰਬਰ ਦੋ ਤੇ ਜੇ ਜੋਬ ਨਹੀਂ ਮਿਲਣੀ ਤਾਂ ਫਿਰ ਜਿਹੜੇ ਦੇਸ਼ ਆ ਇਹਨਾਂ ਨੇ ਕਿਹਾ ਵੀ ਤੁਸੀਂ ਫਰਦਰ ਐਜੂਕੇਸ਼ਨ ਵਾਸਤੇ ਐਡਮਿਸ਼ਨ ਲੈ ਸਕਦੇ ਆ, ਦੁਆਰਾ ਤੁਸੀਂ MA ਕਰ ਸਕਦੇ ਆ, ਦੁਆਰਾ PhD ਕਰ ਸਕਦੇ ਆ। ਔਰ ਮੈਂ ਹੁਣ ਦੁਆਰਾ ਉਸ ਉਮਰ ਦੇ ਵਿੱਚ ਆ ਕੇ, ਜਦੋਂ ਮੈਂ 48 ਸਾਲ ਦੀ ਏਜ ਆਇਆ, ਡਿਗਰੀਆਂ ਤਾਂ ਰੈਕੋਗਨਾਈਜ਼ ਹੀ ਨਹੀਂ ਕਰ ਰਹੀ ਆ, BA ਨੂੰ ਇਕੁਲੈਂਟ ਟੂ BA ਕਰ ਲਿਆ, MA ਨੂੰ ਇਕੁਲੈਂਟ ਟੂ MA ਕਰ ਲਿਆ, ਲੇਕਿਨ ਜਿਹੜੀ PhD ਹੈਗੀ ਆ ਉਹਨੂੰ ਇਹਨਾਂ ਨੇ ਇਕੁਲੈਂਟ ਟੂ MA ਕੀਤਾ, ਇਹਦੇ ਲਈ ਬਰਾਬਰ ਕਹਿੰਦੇ 4 ਸਾਲ ਤੋਂ ਥੋੜੇ ਦਿਨ ਪਹਿਲਾਂ ਤੋਂ ਡਿਗਰੀ ਲਈ ਆ, ਘੱਟ ਤੋਂ ਘੱਟ ਬੰਦਾ ਜਿਹੜੀ PhD ਉਹ 4 ਸਾਲ ਦੇ ਵਿੱਚ ਪੂਰੀ ਕਰੇ ਤਾਂ ਠੀਕ ਹੁੰਦਾ। ਉਸ ਤੋਂ ਬਾਅਦ ਫਿਰ ਇੱਧਰ ਆ ਕੇ ਬੰਦੇ ਨੂੰ ਜਿਹੜੇ ਹੋਰ ਛੋਟੇ ਛੋਟੇ ਕੋਰਸ ਕਰਨੇ ਪੈਂਦੇ ਆ, ਕੋਈ ਸਿਕਿਉਰਿਟੀ ਦਾ ਕੋਰਸ ਕਰ ਲੈਂਦਾ, ਤੇ ਈਵਨ ਟੈਕਸੀ ਵੀ ਨਹੀਂ ਚਲਾ ਸਕਦੇ ਪਹਿਲਾਂ ਪਹਿਲਾਂ, ਕਿਉਂਕਿ ਟੈਕਸੀ ਚਲਾਉਣ ਲਈ 2-3 ਸਾਲ ਤੇ 4 ਸਾਲ ਲੋਕਾਂ ਨੂੰ ਲੱਗ ਜਾਂਦੇ। ਤੇ ਫਿਰ ਮੈਂ ਤਾਂ ਰੇਲਵੇ ਦੇ ਵਿੱਚ 6 ਸਾਲ ਜੋਬ ਕੀਤੀ ਸਿਕਿਉਰਿਟੀ ਦੀ, ਫਿਰ ਮੈਂ ਇੱਧਰ BEd ਜੁਆਇਨ ਕਰ ਲਈ। ਮੈਂ ਸੋਚਿਆ ਵੀ ਸਕੂਲ ਦੇ ਵਿੱਚ ਟੀਚਿੰਗ ਮਿਲ ਜਾਊਗੀ, ਕਾਲਜਾਂ ਵਿੱਚ ਜਾਣਾ ਔਖਾ ਜਾ, ਯੂਨੀਵਰਸਿਟੀਆਂ ਦੇ ਵਿੱਚ ਮੈਂ ਯੂਨੀਵਰਸਿਟੀ ਇੱਧਰ BEd ਦੀ ਲੋੜ ਨਹੀਂ ਹੁੰਦੀ, ਇੱਧਰ ਉਹਦੀ ਗ੍ਰੈਜੂਏਟ ਡਿਪਲੋਮਾ ਕਹਿੰਦੇ ਆ, ਮੈਂ ਗ੍ਰੈਜੂਏਟ ਡਿਪਲੋਮਾ ਇਨ ਐਜੂਕੇਸ਼ਨ ਥਰੂ ਡਿਸਟੈਂਸ ਐਜੂਕੇਸ਼ਨ ਸ਼ੁਰੂ ਕਰ ਲਿਆ। ਉਹ ਮੈਂ 7-8 ਦੇ ਵਿੱਚ ਗ੍ਰੈਜੂਏਟ ਡਿਪਲੋਮਾ ਇਨ ਐਜੂਕੇਸ਼ਨ ਕਰ ਲਿਆ, ਤੇ ਉਸ ਤੋਂ ਬਾਅਦ ਫਿਰ ਮੈਨੂੰ ਇਹ ਕੈਜੂਅਲ ਟੀਚਿੰਗ ਕਾਲਜਾਂ ਵਿੱਚ ਸਕੂਲਾਂ ਚ ਦੇਣ ਲੱਗ ਪਿਆ। ਇੱਥੋਂ ਦੇ ਜਿਹੜੇ ਗਵਰਨਮੈਂਟ ਸਕੂਲ ਹੈ ਉਹਨਾਂ ਨੂੰ ਸਕੂਲ ਕਹਿੰਦੇ ਆ, ਜਿਹੜੇ ਇੱਥੋਂ ਦੇ ਪ੍ਰਾਈਵੇਟ ਸਕੂਲ ਹੈ ਉਹਨਾਂ ਨੂੰ ਕਾਲਜ ਕਹਿੰਦੇ ਆ, ਹੈਗੇ ਸਾਰੇ 12ਵੀਂ ਤੱਕ ਜੀ। ਤੋ ਇਸ ਤਰੀਕੇ ਨਾਲ ਮੈਂ ਇੱਥੇ ਟੀਚਰ ਲੱਗ ਗਿਆ, 7 ਸਾਲ ਮੈਂ ਇੱਥੇ ਟੀਚਿੰਗ ਕਰਦਾ ਰਿਹਾ, ਉਹ ਹਫ਼ਤੇ ਵਿੱਚ 2 ਜਾਂ 3 ਦਿਨ ਬਣਾ ਦਿੰਦਾ। ਏਜ ਜਿਹੜੇ ਜ਼ਿਆਦਾ ਬੰਦੇ ਏਜਡ ਹੈ ਇੱਧਰੋਂ ਜ਼ਿਆਦਾ ਮੈਚੋਰ ਹੋ ਕੇ ਆਉਂਦੇ ਆ, ਉਹਨਾਂ ਨੂੰ ਰੈਗੂਲਰ ਬਹੁਤ ਘੱਟ ਕਰਦੇ ਆ, ਬੰਦੇ ਕਰਦੇ ਨੀ, ਉਹ 2-3 ਦਿਨ ਸਰਦੇ ਆ। ਤੇ ਮੈਂ ਕੈਜੂਅਲ ਟੀਚਿੰਗ ਵੀ ਕੀਤੀ, ਤੇ ਪਹਿਲਾਂ ਮੈਂ ਰੇਲਵੇ 6 ਸਾਲ ਕੰਮ ਕੀਤਾ, ਫਿਰ ਮੈਂ ਅਖਬਾਰ ਚਲਾਉਣ ਲੱਗ ਪਿਆ, ਤੇ ਵਿਚਕਾਰ ਮੈਂ ਕਿਸੇ ਵੇਲੇ ਟੈਕਸੀ ਵੀ ਚਲਾਈ 2-3 ਸਾਲ, ਤੇ ਅਖਬਾਰ ਮੈਂ ਚਲਾਈ 7 ਸਾਲ, ਮੈਂ ਅਖਬਾਰ ਚਲਾਉਣਾ ਸਿਡਨੀ ਤੋਂ। ਤੇ ਹੁਣ ਮੈਂ ਵੈਸੇ ਵੀ ਮੇਰੀ ਏਜ ਜਿਹੜੀ ਉਹ 65-66 ਹੋ ਗਈ ਹੈਗੀ ਆ, ਤੇ ਮੈਂ ਪੈਨਸ਼ਨ ਵਾਲੀ ਜੀ, ਮੈਨੂੰ ਪੈਨਸ਼ਨ ਮਿਲਣ ਲੱਗ ਪਈ ਹੈਗੀ ਆ, ਹੁਣ ਮੈਂ ਰਿਟਾਇਰ ਹੋ ਗਿਆ ਹੈਗਾ, ਤੇ ਨਾਲ ਮੈਂ ਅਖਬਾਰ ਚਲਾਉਣਾ ਹੈ। ਇਸ ਤਰੀਕੇ ਨਾਲ ਮੇਰੇ ਆਪਣੇ 20 ਸਾਲ ਆਸਟ੍ਰੇਲੀਆ ਵਿੱਚ ਮੈਂ ਪੂਰੇ ਕੀਤੇ।
ठीक है, पर जिहड़ा अखबार का सफर है ये किस तरह दिमाग में आया कि चलो एक अखबार भी शुरू करनी चाहिए है, क्योंकि अखबार शुरू करना तो बहुत सौखा है लेकिन उसको मेंटेन करना, हर महीने उसको मेंटेन रखना और लोगों तक हर खबर पहुंचानी अपने आप विच एक बहुत वड्डी गल होंदी है। लोगों ने तो सिर्फ एक दिन अखबार पढ़नी होंदी है तो वो स्टोर भी जाके रख देते हैं उस अखबार को, लेकिन वो अखबार जो 40 पन्नों की छपती है तो 40 बार उसको पढ़ना पैंता, 40 बार उसके उत्ते अंदर ध्यान भी देना पैंता है कि आखिर खबर की बारीकी जी छुटे ना। ਉਹ ਮਰਬਾਨੇ ਸਾਹਿਬ ਗੱਲ ਇਹਦਾ ਵੀ ਮੈਂ ਜਦੋਂ ਬੀਏ ਐਮਏ ਕਰਕੇ ਹਟਿਆ ਤਾਂ ਮੈਂ ਟ੍ਰਿਬਿਊਨ ਨਾਲ ਮੇਰਾ ਲਿੰਕ ਚੰਡੀਗੜ੍ਹ ਹੋ ਗਿਆ ਸੀ। ਮੈਂ ਟ੍ਰਿਬਿਊਨ ਨੂੰ ਲੈਟਰ ਟੂ ਐਡੀਟਰ ਲਿਖ ਰਿਹਾ ਹੈ, ਉਹਨੇ ਮੇਰੇ ਜਵਾਬ ਦੇਣੇ 70-80 ਲੈਟਰ ਲੈਟਰ ਟੂ ਐਡੀਟਰ ਛਾ ਕੇ ਮੈਨੂੰ ਇਸ ਤਰ੍ਹਾਂ ਅੰਗਰੇਜ਼ੀ ਦਾ ਮੇਰੇ ਸਿਰ ਤੋਂ ਬਹੁਤ ਇੰਡੀਆ 'ਚ ਮੇਰੇ ਸਿਰ ਦੀ ਅੰਗਰੇਜ਼ੀ ਦਾ ਬਹੁਤ ਸਵਾਰ ਹੁੰਦਾ ਸੀ ਤੇ ਮੈਨੂੰ ਅੰਗਰੇਜ਼ੀ ਆਉਂਦੀ, ਅੰਗਰੇਜ਼ੀ 'ਚ ਕੰਮ ਕਰਤਾ ਤੇ ਪੰਜਾਬੀ ਨੂੰ ਛੱਡੋ। ਫਿਰ ਮੈਂ ਕੁਛ ਲੇਖ ਲਿਖੇ ਅੰਗਰੇਜ਼ੀ ਵਿੱਚ, ਕਹਾਣੀਆਂ ਲਿਖੀਆਂ, ਮੈਂ ਟ੍ਰਿਬਿਊਨ ਨੂੰ ਭੇਜੀਆਂ ਪਹਿਲਾਂ ਪਹਿਲਾਂ, ਟ੍ਰਿਬਿਊਨ ਨੇ ਵਾਪਸ ਕਰਤੀਆਂ, ਫਿਰ ਦੁਬਾਰਾ ਮੈਂ ਠੀਕ ਕਰਕੇ ਵਧੀਆ ਬਣਾ ਕੇ ਦੁਬਾਰਾ ਭੇਜਣੇ ਸ਼ੁਰੂ ਕੀਤੀਆਂ। ਫਿਰ ਟ੍ਰਿਬਿਊਨ ਨੇ ਮੇਰੀ ਅੰਗਰੇਜ਼ੀ ਦੇ ਵਿੱਚ ਪਹਿਲੀ ਕਹਾਣੀ ਜਿਹਦਾ ਨਾਂ ਸੀ ਅਫੀਸ਼ੀਅਲ ਟੂਰ, ਸਰਕਾਰੀ ਦੌਰਾ, 6 ਨਵੰਬਰ 1983 ਨੂੰ ਛਾਪੀ। ਉਸ ਤੋਂ ਬਾਅਦ ਟ੍ਰਿਬਿਊਨ ਨੇ ਮੇਰੀਆਂ ਕਹਾਣੀਆਂ ਜਿਹੜੀਆਂ ਆਪਣੇ ਦਾ ਸਟੈਗ, ਦਾ ਬੋਇਜ ਆਲਸੋ ਸਪੀਕ ਸੈਂਸ, ਟੇਨੈਂਟਸ ਐਕਸਟਰਾ ਆਰਡੀਨਰੀ, ਨੈਵਰ ਅਗੇਨ ਪਲੀਜ਼, ਇਹਦਾ ਇਹ ਕਹਾਣੀਆਂ 6-7 ਹੋਰ ਤੇ ਮੇਰੇ ਲੇਖ ਵੀ 6-7 ਛਾਪੇ। ਉਹ ਜਾਣੀ ਮੈਨੂੰ ਲਿਖਣ ਦਾ ਸ਼ੌਂਕ ਪਹਿਲੇ ਸੀ ਕਾਲਜ ਤੋਂ, ਕਾਲਜ ਵਿੱਚ ਮੈਗਜ਼ੀਨ ਦਾ ਐਡੀਟਰ ਐਜ਼ ਅ ਸਟੂਡੈਂਟ ਵੀ ਰਿਹਾ ਸੀ, ਐਜ਼ ਅ ਪ੍ਰੋਫੈਸਰ ਵੀ ਮੈਂ 16 ਸਾਲ ਕਾਲਜ ਵਿੱਚ ਮੈਗਜ਼ੀਨ ਦਾ ਇੰਗਲਿਸ਼ ਸੈਕਸ਼ਨ ਦਾ ਐਡੀਟਰ ਰਿਹਾ ਸੀ, ਮਾੜਾ ਮੋਟਾ ਲਿਖਦਾ ਰਹਿੰਦਾ ਸੀ ਤੇ ਉਹ ਫਿਰ ਅੰਗਰੇਜ਼ੀ ਨੂੰ ਮੈਂ ਇੱਧਰ ਭੇਜਦਾ ਸੀ, ਛਪ ਵੀ ਗਿਆ ਤੇ ਫਿਰ ਮੇਰੇ ਮਨ 'ਚ ਇੱਧਰ ਆ ਗਏ ਸੀ ਵੀ ਹੁਣ ਕਿਹੜਾ ਮੈਂ ਪੜ੍ਹਾਉਣਾ ਆ, ਹੁਣ ਤਾਂ ਵਿਹਲੇ ਹੋ ਗਏ ਆ, ਦਿਮਾਗੀ ਕੰਮ ਕਾਲਜਾਂ ਕੁਲਜਾਂ ਦੀ ਆਪਣਾ ਦਫੜੀ ਬੰਦ ਹੋ ਗਈ ਆ ਜੀ। ਤੇ ਮੈਂ ਸੋਚਿਆ ਵੀ ਇੱਥੇ ਕੁਛ ਲਿਖਿਆ ਕਰੀਏ, ਇੱਥੇ ਇੱਕ ਪੰਜਾਬੀ ਦੀ ਅਖਬਾਰ ਚੱਲੀ ਸੀ ਮੇਰੇ ਵੇਲੇ ਜਦੋਂ ਮੈਂ ਆਇਆ ਹੀ ਆ 2002 ਦੇ ਵਿੱਚ, ਉਹਨੂੰ ਮੈਂ ਫਿਰ ਇੱਕ ਕਾਲਮ ਲਿਖਣ ਲੱਗ ਪਿਆ ਪੰਜਾਬੀ 'ਚ ਪਹਿਲੀ ਵਾਰੀ। ਉਸ ਕਾਲਮ ਦਾ ਨਾਂ ਸੀ ਸਿਡਨੀ ਦੇ ਰੇਲ ਗੱਡੀਆਂ। ਉਹ ਕਾਲਮ 13 ਸਾਲ ਫਿਰ ਉਸ ਅਖਬਾਰ ਵਿੱਚ ਚੱਲਦਾ ਰਿਹਾ। ਉਦੋਂ ਬਾਅਦ ਮੈਂ ਕਿਤਾਬ 2004 ਰੇਲ ਗੱਡੀ ਅੰਮ੍ਰਿਤਸਰ ਤੋਂ ਛਪਾਤੀ ਸੀ, ਇੱਕ ਤਾਂ ਮਾਰਕੀਟ ਵਿੱਚ ਆ ਤੇ ਜਾਣੀ ਮੈਨੂੰ ਲਿਖਣ ਦੀ ਚੇਤਕ ਮਾੜੀ ਮਾੜੀ ਪਹਿਲਾਂ ਨਹੀਂ ਸੀਗੀ। ਮੇਰੇ ਕਹਿਣ ਦਾ ਮਤਲਬ ਇਹ ਆ ਜੀ, ਆਖਰ ਸਿਡਨੀ ਦੀਆਂ ਰੇਲ ਗੱਡੀਆਂ, ਆਖਰ ਕੀ ਮਕਸਦ ਕੀ ਹੈ ਇਸ ਕਿਤਾਬ ਦਾ ਔਰ ਕੀ ਕੁਝ ਤੋਂ ਤੁਹਾਡਾ ਇਹ ਜਿਹੜਾ ਤਜਰਬਾ ਹੈਗਾ, ਕੀ ਕੁਝ ਕਹਿੰਦਾ ਇਸ ਅਖਬਾਰ ਵਿੱਚ, ਕੀ ਕੁਝ ਤੁਹਾਡੇ ਵੱਲੋਂ ਲਿਖਿਆ ਗਿਆ? ਇਹ ਕਿਤਾਬ ਹੈ ਕੋਈ ਰੇਲਵੇ ਸਿਸਟਮ ਬਾਰੇ ਨਹੀਂ ਹੈ, ਸਿਡਨੀ ਦੇ ਜੀ ਰੇਲਵੇ ਸਿਸਟਮ ਬਾਰੇ ਇਹਦੇ ਵਿੱਚ ਕੁਝ ਨਹੀਂ ਹੈ। ਇਹਦੇ ਵਿੱਚ ਜਿਹੜੇ ਨਵੇਂ ਪ੍ਰਵਾਸੀ ਆ ਰਹੇ ਉਹਨਾਂ ਦੀ ਜ਼ਿੰਦਗੀ ਦੀਆਂ ਰੇਲ ਗੱਡੀਆਂ ਆ, ਓਕੇ, ਜਿਹੜੇ ਨਵੇਂ ਨਵੇਂ ਪ੍ਰਵਾਸੀ ਆ ਰਹੇ ਆ ਉਹਨਾਂ ਦੀ ਜ਼ਿੰਦਗੀ ਦੇ ਡਿਫਰੈਂਟ ਐਸਪੈਕਟਸ ਹੈਗੇ ਆ, ਪਹਿਲੂ ਆ ਨਵੇਂ ਮਾਈਗ੍ਰੈਂਟ ਨੂੰ ਕੀ ਕੀ ਪ੍ਰੋਬਲਮ ਆਉਣੀਆਂ, ਬੱਚਿਆਂ ਦੀਆਂ ਕੀ ਪ੍ਰੋਬਲਮ ਹੈ, ਲੈਂਗੁਏਜ ਦੀਆਂ ਕੀ ਪ੍ਰੋਬਲਮ ਹੈ, ਬੁੱਢਿਆਂ ਦੀਆਂ ਕੀ ਪ੍ਰੋਬਲਮ ਹੈ, ਨਵੇਂ ਕਲਚਰ ਵਿੱਚ ਜਾਂ ਬੰਦਾ ਆਦਾ ਉਹਨੂੰ ਸੋਸ਼ੋਲੋਜੀਕਲੀ ਕਹਿੰਦੇ ਆ ਅਕਲਚਰੇਸ਼ਨ, ਅਕਲਚਰੇਸ਼ਨ ਇੱਕ ਟਰਮ ਹੈ ਸੋਸ਼ੋਲੋਜੀ ਦੀ। ਜਦੋਂ ਅਕਲਚਰੇਸ਼ਨ ਹੁੰਦੀ ਬੰਦੇ ਦੀ ਇੱਕ ਕਲਚਰ ਤੋਂ ਦੂਜੇ ਕਲਚਰ ਵਿੱਚ, ਉਹ ਕਈ ਵਾਰੀ ਭੁਗਤਣ ਜਾਂਦਾ, ਕਈ ਵਾਰੀ ਹੈਰਾਨ ਹੁੰਦਾ, ਕਈ ਵਾਰ ਬੜਾ ਖੁਸ਼ ਹੁੰਦਾ ਦੇਖ ਦੇਖ ਕੇ ਲੋਕਾਂ ਨੂੰ। ਤੋ ਇਹਦੇ ਵਿੱਚ ਐਪੀਸੋਡ ਹੁੰਦੀ ਸੀ ਹਰੇਕ ਹਫ਼ਤੇ, ਇਸ ਕਿਤਾਬ ਦੇ ਵਿੱਚ ਇੱਕ ਐਪੀਸੋਡ ਹਰ ਵਾਰੀ ਅਖਬਾਰ ਹੁੰਦੀ ਸੀ, ਇਹਦਾ ਸਾਰੇ ਡਿਫਰੈਂਟ ਐਸਪੈਕਟਸ ਬਾਰੇ, ਇੱਥੋਂ ਦੇ ਜੀਵਨ ਬਾਰੇ, ਦੋਹਾਂ ਦੇਸ਼ਾਂ ਦੇ ਫਰਕ ਬਾਰੇ, ਇੰਡੀਆ ਦਾ ਤਾਂ ਆਸਟ੍ਰੇਲੀਆ ਦਾ ਫਰਕ ਕੀ ਆ, ਜਿੱਦਾਂ ਵੀ 13 ਸਾਲ ਇਹ ਐਪੀਸੋਡਾਂ ਇਕੱਠੀਆਂ ਹੁੰਦੀਆਂ ਰਹੀਆਂ, ਜ਼ਿੰਦਗੀ ਦੀਆਂ ਰੇਲ ਗੱਡੀਆਂ ਆ ਸਿੰਬੋਲੀਕਲੀ, ਨਾ ਕਿ ਆਸਟ੍ਰੇਲੀਆ ਦੇ ਰੇਲਵੇ ਸਿਸਟਮ ਬਾਰੇ ਕੁਛ ਨਹੀਂ ਹੈਗਾ। ਜੀ ਜੀ ਬਿਲਕੁਲ, ਔਰ ਬੜੇ ਚੰਗਾ ਤੁਸੀਂ ਇਹਦਾ ਨਾਮ ਹੀ ਇਹਦਾ ਰੱਖਿਆ ਹੋਇਆ ਕਿ ਸਿਡਨੀ ਦੀਆਂ ਰੇਲ ਗੱਡੀਆਂ। ਪਰ ਦੂਜੇ ਪਾਸੇ ਜਿਵੇਂ ਤੁਸੀਂ ਕਿਹਾ ਕਿ ਇਸ ਵਿੱਚ ਬੱਚਿਆਂ ਦੀਆਂ ਕਹਾਣੀਆਂ ਨੇ, ਇਸ ਵਿੱਚ ਉਹਨਾਂ ਪ੍ਰਵਾਸੀ ਭਾਰਤੀਆਂ ਦੀਆਂ ਕਹਾਣੀਆਂ ਨੇ ਜੋ ਕਿ ਆਪਣਾ ਲੰਬਾ ਸਫ਼ਰ ਤੈਅ ਕਰਕੇ ਆਸਟ੍ਰੇਲੀਆ ਪਹੁੰਚਦੇ ਨੇ, ਉਹਨਾਂ ਦੀਆਂ ਮੁਸ਼ਕਲਾਂ ਦੀਆਂ ਵੀ ਗੱਲਾਂ ਨੇ। ਇੱਥੇ ਹੁਣ ਕਿਤਾਬ ਪੜ੍ਹਨ ਦਾ ਤਾਂ ਸਾਡੇ ਕੋਲ ਸਮਾਂ ਨਹੀਂ ਹੋਏਗਾ, ਪਰ ਤੁਹਾਡੇ ਤੋਂ ਜ਼ਰੂਰ ਅਸੀਂ ਜਾਣਨਾ ਚਾਹਾਂਗੇ ਕਿ ਆਖਿਰ ਕਿਹੜੀਆਂ ਮੁਸ਼ਕਲਾਂ ਤੁਸੀਂ ਦੇਖੀਆਂ ਨੇ ਕਿ ਪ੍ਰਵਾਸੀ ਭਾਰਤੀਆਂ ਨੂੰ ਉਸ ਸਮੇਂ ਆਉਂਦੀਆਂ ਨੇ ਜਦੋਂ ਪੰਜਾਬ ਛੱਡ ਕੇ, ਭਾਰਤ ਛੱਡ ਕੇ ਆਸਟ੍ਰੇਲੀਆ ਵਿੱਚ ਬਹੁਤ ਸ਼ੁਰੂਆਤੀ ਦਿਨ ਬਿਤਾਉਂਦੇ ਨੇ, ਉਦੋਂ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਤੁਹਾਨੂੰ ਲੱਗਦਾ ਹੈ ਕਿ ਉਹ ਦਰਪੇਸ਼ ਆਉਂਦੀਆਂ ਨੇ? ਪਹਿਲੀ ਗੱਲ ਤਾਂ ਗੁਰਬਾਣੀ ਸਾਹਿਬ ਬੰਦੇ ਦੇ ਮਨ ਚ ਸਟੇਟਸ ਦਾ ਬਹੁਤ ਵੱਡਾ ਫਤੂਰ ਹੁੰਦਾ ਹੈ, ਇੱਧਰ ਬੰਦੇ ਦੇ ਮਨ ਵਿੱਚ ਤਾਂ ਸਾਰਾ ਸਟੇਟਸ ਹੀ ਭਰਿਆ ਆ ਇੰਡੀਆ ਦੇ ਵਿੱਚ, ਜੀ
ਜੇ ਕਿਸੇ ਦਾ ਬੰਦਾ ਲੱਗਾ ਹੋਵੇ ਬੈਂਕ ਵਿੱਚ ਕਲਾਰਕ, ਉਹ ਕਹਿੰਦਾ ਮੈਨੇਜਰ ਸਾਹਿਬ ਮੇਰੀ ਮੈਨੇਜਰ ਲਗਾਇਆ ਮੇਰਾ ਉੱਥੇ ਜੀ ਹੈ ਜੀ। ਏਦਾਂ ਜਾਣੀ ਕੋਈ ਤੁਹਾਡੇ ਕੋਲ ਅਹੁਦੇ ਤੇ ਇੰਨੇ ਜ਼ਿਆਦਾ ਭੁੱਖੇ ਆ ਇੰਡੀਅਨ ਲੋਕ, ਜਿਹੜੇ ਗੋਰੇ ਲੋਕ ਆ ਅਹੁਦੇ ਤੇ ਇੰਨੇ ਭੁੱਖੇ ਨਹੀਂ ਹੈਗੇ। ਤੇ ਉਹ 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 ਜੋ ਕਰਦੇ ਆ, ਜੇ ਕਲੀਨਰ ਹੈ ਤਾਂ ਉਹ ਪ੍ਰਾਊਡਲੀ ਕਹਿ ਦਿੰਦੇ ਆ ਆਈ ਐਮ ਏ ਕਲੀਨਰ। ਜੇ ਉਹ ਟੈਕਸੀ ਡਰਾਈਵਰ ਹੈ ਉਹ ਕਹਿੰਦੇ ਮੈਂ ਟੈਕਸੀ ਡਰਾਈਵਰ ਆ, ਉਹ ਉਹਨਾਂ ਦੀ ਕੋਈ ਇੱਦਾਂ ਦਾ ਹੈ ਨੀ। ਤੇ ਡਿਗਨਿਟੀ ਆਫ ਲੇਬਰ ਹੈ ਇੱਥੇ, ਡਿਗਨਿਟੀ ਆਫ ਲੇਬਰ ਹੈ। ਤੇ ਜਦੋਂ ਹੁਣ ਬੰਦਾ ਇੱਧਰ ਹੈਦਰੋਂ ਇੱਧਰ ਨੂੰ ਆਦਾ, ਪਹਿਲਾਂ ਤਾਂ ਆ ਕੇ ਦੇਖਦਾ ਵੀ ਇੱਧਰ ਦਾ MLA MP ਦੇ ਮਗਰ 18 ਲੋਕਾਂ ਨੇ ਤੁਰਿਆ ਫਿਰਦੀਆਂ, ਇੱਥੇ ਆ ਮੈਂਬਰ ਪਾਰਲੀਮੈਂਟ ਇਕੱਲਾ ਹੀ ਆਉਣਾ ਆ, ਨਾਲ ਕੋਈ ਇੱਕ ਦਾ ਬੰਦਾ ਹੁੰਦਾ। ਕਈ ਵਾਰੀ ਆ ਤੁਹਾਨੂੰ ਮੈਂ ਦੱਸਦਾ, ਆ 2 ਕੁ ਮਹੀਨੇ ਪਹਿਲਾਂ ਦੀ ਗੱਲ ਹੈ, ਇੱਥੇ ਕੈਨਬਰਾ ਦੇ ਵਿੱਚ ਸਾਡਾ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਆਇਆ ਮੌਕਾ ਦੇਖਣ, ਘਰਾਂ ਦੇ ਮੋਹਰੇ ਕੋਈ ਸੀਗਾ, ਕੋਈ ਡਿਸਪਿਊਟਡ ਲੈਂਡ ਸੀ, ਪਤਾ ਨੀ ਕੀ ਸੀਗਾ ਉਹ। ਉਹ ਆਇਆ ਤਾਂ ਮੁਹੱਲੇ ਦੇ ਲੋਕੀ ਵੀ ਇਕੱਠੇ ਹੋ ਗਏ, ਮੀਡੀਆ ਦੇ ਬੰਦੇ ਵੀ ਇਕੱਠੇ ਹੋ ਗਏ। ਉਹ ਆ ਕੇ ਕਿਸੇ ਨੇ ਨਵਾਂ ਨਵਾਂ ਘਾਹ ਬੀਜਿਆ ਸੀਗਾ ਘਰ ਦੇ ਮੋਹਰੇ, ਘਾਹ ਦੇ ਉੱਪਰ ਖੜ ਕੇ ਲੈਕਚਰ ਦੇਣ ਲੱਗਾ। ਸ਼ਾਇਦ ਤੁਸੀਂ ਦੇਖਿਆ ਹੋਵੇ ਯੂਟਿਊਬ ਦੇ ਉੱਤੇ, ਤੁਸੀਂ ਯੂਟਿਊਬ ਦੇ ਉੱਤੇ ਦੇਖ ਸਕਦੇ ਇਹ। ਉਹ ਆ ਕੇ ਲੈਕਚਰ ਦੇਣ ਲੱਗਾ, ਅੰਦਰੋਂ ਮਾਲਕ ਨਿਕਲਿਆ ਘਰ ਦਾ, ਕਹਿੰਦਾ ਵਾਈਟ ਗੈਟ ਅਵੇ ਫਰੋਮ ਮਾਈ ਲੋਨ, ਕਹਿੰਦਾ ਆਈ ਜਸਟ ਰੀਸੀਡਡ ਇਟ, ਕਹਿੰਦਾ ਕਹਿੰਦਾ ਮੇਰੇ ਲੋਨ ਤੋਂ ਪਰੇ ਹੋਈ ਗੱਲ ਕਰ, ਮੈਂ ਅਜੇ ਹੁਣੇ ਹੁਣੇ ਨਵਾਂ ਨਵਾਂ ਘਰ ਬੀਜਿਆ ਇਹਦੇ ਵਿੱਚ, ਕਹਿੰਦਾ। ਤੇ ਉਹ ਸਕਾਟ ਮੋਰਿਸਨ ਦੇ ਪ੍ਰਾਈਮ ਮਿਨਿਸਟਰ ਨੇ ਸੋਰੀ ਫੀਲ ਕੀਤਾ, ਸੋਰੀ ਫੀਲ ਕਰਕੇ ਪਰੇ ਜਾ ਖੜਾ ਹੋ ਗਿਆ, ਤੇ ਬਾਅਦ ਚ ਉਹਨਾਂ ਲੋਕਾਂ ਨੂੰ ਉਹਨੇ ਮੁਖਾਤਬ ਹੋ ਗਿਆ ਉਹ। ਤੇ ਮੇਰਾ ਮਤਲਬ ਵੀ ਅਸੀਂ ਲੋਕੀ ਇੱਧਰੋਂ ਆਉਂਦੇ ਹਾਂ ਵੀ ਸਾਨੂੰ ਜਾਣਦਿਆਂ ਨੂੰ ਜੀ ਥਾਲੀ ਚ ਪਰੋਸਿਆ ਮਿਲ ਜਾਵੇ, ਸਾਨੂੰ ਕੋਈ ਮੈਨੇਜਰ ਲਾ ਦੇਵੇ, ਸਾਨੂੰ ਕੋਈ ਡਾਇਰੈਕਟਰ ਲਾ ਦੇਵੇ, ਅਸੀਂ ਆਪਣੇ ਨਾਮਾਂ ਨਾਲ ਪ੍ਰਿੰਸੀਪਲ ਡਾਇਰੈਕਟਰ ਮੈਨੇਜਰ ਮੈਨੇਜਿੰਗ ਡਾਇਰੈਕਟਰ ਲਾਉਣ ਦੇ ਬਹੁਤ ਜ਼ਿਆਦਾ ਅਸੀਂ ਸਾਡੀ ਆਦਤ ਹੈਗੀ ਆ। ਜਦੋਂ ਅਸੀਂ ਇੱਧਰ ਆਉਂਦੇ ਹਾਂ, ਜਦੋਂ ਬੰਦਾ ਕਹਿੰਦਾ ਵੀ ਜਿਹੜੇ ਵੀ ਕੰਮ ਮਿਲਦੇ ਆ ਕਰੋ, ਪੈਸੇ ਠੀਕ ਟਾਈਮ ਸਿਰ ਮਿਲਦੇ ਆ, ਕਰੰਸੀ ਵਧੀਆ ਆ, ਮਾਹੌਲ ਬੜਾ ਵਧੀਆ ਆ, ਇਨਫਰਾਸਟ੍ਰਕਚਰ ਨਵਾਂ ਆ, ਪੋਲੂਸ਼ਨ ਦੀ ਬਹੁਤ ਘਾਟ ਆ, ਘੱਟ ਆ ਪੋਲੂਸ਼ਨ, ਪਾਪੂਲੇਸ਼ਨ ਬੜੀ ਥੋੜੀ ਹੈ ਕੰਟਰੀ ਦੀ, 2.5 ਕਰੋੜ ਲੋਕ ਹੈ, ਸੈਰ ਸਪਾਟਾ ਅੰਤਰ ਆਇਆ ਜੀ। ਤੋ ਬੰਦੇ ਨੂੰ ਆ ਕੇ ਇੱਧਰ ਕੋਈ ਔਖਾ ਨੀ ਲੱਗਦਾ ਹੈ, ਸਿਰਫ ਦਿਮਾਗ ਦੇ ਵਿੱਚ ਉਹ ਕੀੜਾ ਕੱਢਣਾ ਪੈਂਦਾ, ਜਿਹੜਾ ਸਟੇਟਸ ਵਾਲਾ ਕੀੜਾ ਹੈ ਨਾ, ਉਹਨੂੰ ਕੱਢ ਕੇ ਇੱਧਰ ਛੱਡਿਆ ਉਹ। ਬਾਅਦ ਚ ਇੱਧਰ ਤੁਸੀਂ ਜਲਦੀ ਸੈੱਟ ਹੁੰਦੇ ਆ, ਇੱਧਰ ਤਾਂ ਸਾਨੂੰ ਸੈੱਟ ਹੀ ਨੀ ਹੋਣ ਦਿੰਦਾ, ਇੱਧਰ ਤਾਂ ਸਿਫਾਰਸ਼ਾਂ ਆ ਜਾਂ ਤੁਹਾਡੇ ਸਾਹਮਣੇ ਅਡਲਟਰੇਸ਼ਨ ਹੈ, ਚੀਜ਼ਾਂ ਚ ਮਿਲਾਵਟਾਂ ਆ, ਕਰਪਸ਼ਨ ਹੈ, ਹੇਰਾ ਫੇਰੀ ਆ, ਭਾਈ ਭਤੀਜਾਵਾਦ ਹੈ, ਤੁਹਾਡੇ ਸਾਹਮਣੇ ਜੋ ਕੁਛ ਇੱਥੇ ਹੋ ਰਿਹਾ, ਇਹਦੇ ਬਾਰੇ ਜ਼ਿਆਦਾ ਲੰਮਾ ਚੌੜਾ ਮੈਂ ਕੀ ਕਹਿਣਾ। ਬਿਲਕੁਲ ਭਾਈ ਭਤੀਜਾਵਾਦ ਬਹੁਤ ਜ਼ਿਆਦਾ ਸਿਰ ਚੜ੍ਹ ਕੇ ਬੋਲਦਾ, ਇਹ ਤਾਂ ਬਿਲਕੁਲ ਸਹੀ ਤੁਸੀਂ ਦਰੁਸਤ ਫਰਮਾਇਆ। ਪਰ ਜੇਕਰ ਪ੍ਰਵਾਸੀ ਭਾਰਤੀਆਂ ਨੂੰ ਕੋਈ ਸਲਾਹ ਦੇਣਾ ਚਾਹੋ, ਕਿਉਂਕਿ ਉਹ ਹਰ ਕੋਈ ਇੱਥੇ ਜਿਹੜਾ ਹੈਗਾ ਪੰਜਾਬੀ ਹੈਗਾ ਉਹ ਬਾਹਰ ਜਾਣ ਨੂੰ ਫਿਰਦਾ ਹੈ, ਜਿਹੜੇ ਬੱਚੇ ਨੌਜਵਾਨ ਹੈਗੇ ਨੇ ਉਹ ਵੀ ਬਾਹਰ ਪੜ੍ਹਨ ਨੂੰ ਜ਼ਿਆਦਾ ਜਾਂਦੇ ਨੇ, ਉਹਨਾਂ ਨੂੰ ਕੀ ਸਲਾਹ ਕੀ ਦੇਣਾ ਚਾਹੋਗੇ ਤੁਸੀਂ? ਦੇਖੋ ਜੀ, ਮੈਂ ਤਾਂ ਸਲਾਹ ਦੇਣਾ ਚਾਹੂੰਗਾ ਵੀ ਜੇ ਕਿਸੇ ਦਾ ਉਹਨੂੰ ਮੌਕਾ ਮਿਲਦਾ ਆ, ਖਾਸ ਕਰਕੇ ਜਿਹੜੇ ਆ 5 ਦੇਸ਼ ਆ ਜਿਹਨਾਂ ਚ, ਚਲੋ ਹੁਣ ਕਰੋਨਾ ਨੇ ਉਹਨਾਂ ਦੇਸ਼ਾਂ ਨੂੰ ਜ਼ਿਆਦਾ ਮਾਰ ਪਾਈ, ਅਮਰੀਕਾ ਨੂੰ ਇੰਗਲੈਂਡ ਨੂੰ ਜ਼ਿਆਦਾ ਪਾਈ, ਲੋਕਾਂ ਦਾ ਮਨ ਖੱਟਾ ਹੋਇਆ, ਕੁਛ ਇੰਗਲੈਂਡ ਦੀ ਇਕੋਨਮੀ ਵੀ ਡਾਊਨ ਹੈ। ਇਸ ਵੇਲੇ ਦੁਨੀਆਂ ਦਾ ਬੈਸਟ ਕੰਟਰੀ ਤਾਂ 2 ਹੀ ਆ, ਆਸਟ੍ਰੇਲੀਆ ਜਾਂ ਕੈਨੇਡਾ ਆ। ਅਮਰੀਕਾ ਦੇ ਵਿੱਚ ਵੀ ਪਾਪੂਲੇਸ਼ਨ 23-24 ਕਰੋੜ ਹੈ, ਉੱਥੇ ਕਰੋਨਾ ਨੇ ਬਹੁਤ ਮਾਰ ਪਾਈ ਆ। ਇੱਕ ਉਧਰ ਲੜਾਈ ਝਗੜੇ ਮੁਸਲਮਾਨਾਂ ਦੀ ਪੋਲੀਟਿਕਸ, ਕੋਈ ਕੋਈ ਲੋਕ ਅਮਰੀਕਾ ਦੇ ਖਿਲਾਫ਼ ਵੀ, ਤੇ ਕਈ ਦੇਸ਼ ਜਿਹੜੇ ਆ ਜਾਣੇ, ਮੈਨੂੰ ਤਾਂ ਜੋ ਦੁਨੀਆਂ ਦੇ ਵਿੱਚ ਸਭ ਤੋਂ ਬੈਸਟ ਕੰਟਰੀ ਅੱਜ ਵੀ ਲੱਗਦਾ ਹੈਗਾ, ਕਲਾਈਮੈਟਿਕਲੀ ਵੀ, ਇਨਫਰਾਸਟ੍ਰਕਚਰਲੀ ਵੀ, ਕਰੰਸੀ ਵਾਈਜ਼ ਵੀ, ਤੇ ਹੋਰ ਪੱਖਾਂ ਨੂੰ ਵੀ। ਮੈਨੂੰ ਜਿਹੜਾ ਸਭ ਤੋਂ ਵਧੀਆ ਕੰਟਰੀ ਲੱਗਾ ਆਸਟ੍ਰੇਲੀਆ ਲੱਗਾ, ਖੁੱਲਾ ਡੁੱਲਾ, ਥੋੜੇ ਬੰਦੇ ਆ, ਤੇ ਮੈਂ ਜਿਹੜੇ ਬੰਦੇ ਆਉਣਾ ਚਾਹੁੰਦੇ ਆ ਉਹਨਾਂ ਨੂੰ ਮੈਂ ਤਾਂ ਇਹੀ ਸੁਝਾਅ ਦਊਂਗਾ। ਨਸੀਹਤ ਤਾਂ ਮੈਂ ਕਰਦਾ ਨੀ ਹੁੰਦਾ, ਸੁਝਾਏ ਮੈਂ ਸ਼ਬਦ ਯੂਜ ਕਰਦਾ ਹੁੰਦਾ, ਉਹਨਾਂ ਨੂੰ ਸੁਝਾਇਆ ਵੀ ਉਹ ਜੇ ਆਉਣਾ ਚਾਹਣ ਪੱਕੇ ਪੈਰੀ, ਚੰਗੀ ਮਿਹਨਤ ਕਰਕੇ, ਆਪਣੇ ਬੈਂਡ ਚੰਗੇ ਲੈ ਕੇ ਇਹਨਾਂ ਦੇਸ਼ਾਂ ਚ ਐਂਟਰ ਹੋਣ। ਜੇ ਉਹ ਗਲਤ ਤਰੀਕੇ ਨਾਲ ਆਣਗੇ, ਪੈਸੇ ਪੂਸੇ ਆਪਣੇ ਗੁਆ ਕੇ, PR ਇਹ ਦੇਸ਼ PR ਬੜੀ ਮੁਸ਼ਕਲ ਨਾਲ PR ਦਿੰਦਾ, ਇਹ ਦੇਸ਼ ਜਿਹੜਾ ਬਹੁਤ ਛਾਣਬੀਣ ਹੁੰਦੀ ਆ। ਜਿਹੜੇ ਦੂਜੇ ਕੰਮ ਕਰਦੇ ਆ ਕੋਈ ਮੈਰਿਜ ਮੁਰਜ ਬੇਸ ਜਾਂਦੇ, ਉਹਨਾਂ ਦਾ ਤਾਂ ਮੈਂ ਕੁਛ ਨੀ ਕਹਿ ਸਕਦਾ, ਆਪ ਜਾਣ। ਜਾਂ ਪੀਪਲ ਸਮਗਲਿੰਗ ਹੁੰਦੀ ਆ, ਉਹ ਮੈਂ ਇਨਕਰੇਜ ਕਰਦਾ, ਡਿਸਕਰੇਜ ਕਰਦਾ। ਆਉਣਾ ਵੈਲਕਮ, ਆਉਣਾ ਚਾਹੀਦਾ, ਪੱਕੇ ਪੈਰੀ ਆ ਕੇ ਮਿਹਨਤ ਕਰਕੇ ਸੈੱਟ ਹੋਵੋ, ਸੇਫਟੀ ਬੜੀ ਆ, ਸਿਕਿਉਰਿਟੀ ਬੜੀ ਆ,
सारा कुछ बड़ा वधिया आया, मैंनू बहुत देख वधिया लगा है। ठीक है, पर डॉक्टर साहब कितना ना कितने ਤੁਸੀਂ ਕਹਿ ਤਾਂ ਰਹੇ ਹੋ ਕਿ ਇਹ ਮੁਲਕ ਜਿਹੜੇ ਬਹੁਤ ਵਧੀਆ ਨੇ, ਪਰ ਜੇਕਰ ਅਸੀਂ ਬੇਰੋਜ਼ਗਾਰੀ ਦੀ ਦਰ ਦੇਖੀਏ ਤਾਂ ਬੇਰੋਜ਼ਗਾਰੀ ਦੀ ਦਰ ਵੀ ਇੱਥੇ ਘੱਟ ਨਹੀਂ ਹੈ। ਬੇਰੋਜ਼ਗਾਰੀ ਵੀ ਇੱਥੇ ਬਹੁਤ ਜ਼ਿਆਦਾ ਹੈਗੀ ਹੈ। ਲੋਕ ਨੌਕਰੀਆਂ ਨੂੰ ਤਰਸਦੇ ਨੇ, ਚੰਗੀ ਨੌਕਰੀ ਮਿਲੇ ਤਾਂ ਹੀ ਉਹਨਾਂ ਦਾ ਪਾਲਣ ਪੋਸ਼ਣ ਹੋਏਗਾ, ਕਿਉਂਕਿ ਜਿਨ੍ਹਾਂ ਮੁਲਕਾਂ ਦੇ ਤੁਸੀਂ ਜ਼ਿਕਰ ਕਰ ਰਹੇ ਹੋ, ਆਸਟ੍ਰੇਲੀਆ ਦੇ ਜ਼ਿਕਰ ਕਰ ਰਹੇ ਹੋ, ਅਮਰੀਕਾ ਦਾ, ਕੈਨੇਡਾ ਦਾ, ਮਹਿੰਗਾਈ ਵੀ ਉੱਥੇ ਬਹੁਤ ਜ਼ਿਆਦਾ ਹੈਗੀ ਹੈ। ਦੇਖੋ ਜਦੋਂ ਕਰੰਸੀ ਵੱਡੀ ਆ ਤਾਂ ਮਹਿੰਗਾਈ ਕੋਈ ਬਹੁਤਾ ਕਰਦੀ ਆ ਸਰ। ਲੋਕੀ ਸਾਡੇ ਇੰਡੀਆ ਦੇ ਇੰਨੇ ਬੰਦੇ, ਲੋਕੀ ਆਈਟੀ ਦੇ ਵਿੱਚ ਇੰਨੇ ਬੰਦੇ, ਇੰਜੀਨੀਅਰਿੰਗ ਦੇ ਵਿੱਚ ਇੰਨੇ ਬੰਦੇ, ਆਪਣੇ ਰੇਲਵੇ ਦੇ ਵਿੱਚ ਚੰਗੇ ਚੰਗੀਆਂ ਪੋਸਟਾਂ ਦੇ ਬੜੇ ਬੰਦੇ ਲੱਗੇ ਹੋਆ। ਹਰ ਰੁਜ਼ਗਾਰ, ਬੇਰੁਜ਼ਗਾਰੀ ਉਹ ਜ਼ਿਆਦਾ ਪਿੱਟਦੇ ਆ ਜਿਹੜੇ ਬੰਦੇ ਕਹਿੰਦੇ ਜੀ ਮੈਂ ਇਹਨੂੰ ਇਹ ਤੋਂ ਬੈਟਰ ਜੋਬ ਮਿਲਣੀ ਚਾਹੀਦੀ ਹੈ। ਉਹ ਜੇ 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 ਜਿਸ ਜੋਬ ਦਾ ਕੋਈ ਬੰਦਾ ਜਾਣਦਾ, ਜਿਸ ਜੋਬ ਜੋ ਉਹਦਾ ਪਹਿਲਾਂ ਸੈਟਿਸਫਾਈ ਹੋ ਜਾਵੇ, ਬਾਅਦ ਚੋਂ ਆਪਣੀ ਕੋਸ਼ਿਸ਼ ਕਰੀ ਜਾਵੇ, ਇਗਜ਼ਾਮ ਹੋਰ ਦੇਈ ਜਾਵੇ, ਤਾਂ ਗੋਰੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਦੇ। ਜੇ ਤੁਹਾਡੇ ਕੋਲ ਸਕਿੱਲ ਹੈਗੀ ਆ, ਜੇ ਪਹਿਲੇ ਨੰਬਰ ਤੇ ਸਕਿੱਲ ਪੈਦਾ ਕਰਨ ਦੀ ਗੱਲ ਹੈ। ਸਾਡੇ ਕੋਲ ਦੋ ਚੀਜ਼ਾਂ ਦੀ ਘਾਟ ਹੈ ਜਿਹੜੀ ਆਪਾਂ ਆਨੇ ਇੰਡੀਆ ਤੋਂ। ਨੰਬਰ ਇੱਕ ਦੇ ਘਾਟ ਸਾਡੇ ਕੋਲ ਕੰਪਿਊਟਰ ਦੀ ਹੁੰਦੀ ਹੈ, ਸਾਨੂੰ ਕੰਪਿਊਟਰ ਨਹੀਂ ਆਉਂਦੇ ਚਲਾਉਣੇ। ਨੰਬਰ ਦੋ ਤੇ ਸਾਡੀ ਘਾਟ ਹੈ ਕਮਿਊਨੀਕੇਸ਼ਨ ਦੀ, ਕਮਿਊਨੀਕੇਸ਼ਨ ਗੱਲਬਾਤ ਜਿਹੜੀ ਅੰਗਰੇਜ਼ੀ ਸਾਡੀ ਆ, ਉਹਦਾ ਐਕਸੈਂਟ ਹੈ, ਉਹਦਾ ਕਾਮਨ ਪਰਲਾਂਸ। ਇੱਕ ਸ਼ਬਦ ਹੁੰਦਾ ਅੰਗਰੇਜ਼ੀ ਵਿੱਚ ਕਾਮਨ ਪਰਲਾਂਸ, ਕਾਮਨ ਪਰਲਾਂਸ ਜਿਹੜੀ ਰੋਜ਼ਮਰਾ ਦੀ ਅਸੀਂ ਚੀਜ਼ ਬੋਲਦੇ ਚੱਲਦੇ ਆ ਨਾ, ਗੱਲਾਂ ਕਰਦੇ ਆ। ਜਿੱਦਾਂ ਹੁਣ ਅਸੀਂ ਕਿੱਦਾਂ ਕਿਸ ਤਰ੍ਹਾਂ ਨੂੰ ਕਿੱਦਾਂ ਹੀ ਕਹਿ ਦਿੰਦੇ ਆ, ਜਿਸ ਤਰ੍ਹਾਂ ਆਪਾਂ ਜਿਸ ਤਰ੍ਹਾਂ ਨੂੰ ਜਿੱਦਾਂ ਜਿੱਦਾਂ ਕਹਿ ਦਿੰਦੇ ਆ, ਸ਼ਬਦ ਅਸੀਂ ਆਪਣੀ ਭਾਸ਼ਾ ਜਿਹੜੀ ਮਰਜ਼ੀ ਭਾਸ਼ਾ ਕਹਿ ਲਓ, ਇਕੱਲੀ ਅੰਗਰੇਜ਼ੀ ਦੀ ਗੱਲ ਨੀ ਹੈਗੀ। ਮੇਰਾ ਇੱਕ ਨਾਟਕ ਹੈ, ਮੈਂ ਲਘੂ ਨਾਟਕ ਲਿਖਿਆ ਸੀ, ਵਿਚਾਰਾ ਵਿਲੀਅਮ ਬੋਲ ਕੇ ਪੜ੍ਹ ਕੇ ਸੁਣਾਉਣੇ ਵਾਲੀ ਚੀਜ਼ ਆ, ਜਿੱਦਾਂ ਤੁਹਾਡਾ ਟੀਵੀ ਦਾ ਆਉਣਾ ਚੈਨਲ ਹੈ, ਵੀ ਉਹ ਲੈਂਗੁਏਜ ਦੀ ਪ੍ਰੋਬਲਮ ਦੇ ਉੱਤੇ ਵਿਚਾਰਾ ਵਿਲੀਅਮ ਨਾਟਕ ਹੈ, ਛਪ ਚੁੱਕਾ, ਅਮਰੀਕਾ 'ਚ ਵੀ ਛਪਿਆ, ਮੇਰੀ ਇੱਥੇ ਆਪਣੀ ਮੇਰੀ ਅਖਬਾਰ 'ਚ ਵੀ ਛਪਿਆ। ਉਹਦੀ ਮੈਂ ਕਹਾਣੀ ਵੀ, ਮੇਰੀ ਸ਼ਾਰਟ ਸਟੋਰੀ ਵਿਚਾਰਾ ਵਿਲੀਅਮ, ਤੇ ਉਹ ਜਾਣੀ ਉਹਦੇ 'ਚ ਇਹੀ ਦੱਸਿਆ ਵੀ ਨੁਐਂਸਸ ਆਫ ਦਾ ਲੈਂਗੁਏਜ, ਸਟਲਟੀਜ਼ ਆਫ ਲੈਂਗੁਏਜ, ਜਿਹੜੀਆਂ ਬਰੀਕ ਪਰਤਾਂ ਜਿਹੜੀਆਂ ਹੁੰਦੀਆਂ ਕਿਸੇ ਚੀਜ਼ ਦੀਆਂ, ਭਾਸ਼ਾ ਦੀਆਂ, ਉਹ ਜਿਹੜੀਆਂ ਨਾ ਅਸੀਂ ਨਹੀਂ ਜਾਣ ਸਕਦੇ। ਅਸੀਂ ਇਸ ਦੇਸ਼ ਵਿੱਚ ਆ ਕੇ ਕਿੱਦਾਂ ਜਾਣਾਂਗੇ ਅੰਗਰੇਜ਼ੀ ਨੂੰ, ਸਾਨੂੰ ਲੱਗਦਾ ਸਾਨੂੰ ਅੰਗਰੇਜ਼ੀ ਆਉਂਦੀ ਨਹੀਂ ਹੈ। ਹੁਣ ਮੈਂ ਤੁਹਾਨੂੰ ਐਗਜ਼ਾਮਪਲਾਂ ਦੇਵਾਂਗੀ, ਉਹ ਲੰਬੀ ਗੱਲ ਮੇਰੀ ਹੋ ਜਾਂਦੀ ਆ, ਤੇ ਤੁਸੀਂ ਤੁਸੀਂ ਇੱਥੇ ਲੋਕਲ ਲੈਂਗੁਏਜ ਦੇ ਵਿੱਚ ਕਈ ਚੀਜ਼ਾਂ ਦੇ ਨਾ ਇਹ ਨਾ ਇਹ ਹੋਰ ਹੈ। ਐਗ ਪਲਾਂਟ, ਮੰਨ ਲਓ ਚਲੋ ਐਗ ਪਲਾਂਟ ਹੈ, ਐਗ ਪਲਾਂਟ ਕੀ ਹੁੰਦੇ ਆ, ਬੈਂਗਣ, ਆਪਾਂ ਇੱਥੇ ਉਹਨਾਂ ਨੂੰ ਬਰਿੰਜਲ ਕਹਿੰਦੇ ਹੁੰਦੇ ਸੀ, ਹੈਂਜੀ, ਇੱਥੇ ਸਾਰੇ ਲਿਖਿਆ ਐਗ ਪਲਾਂਟ। ਉਹ ਜਿਹੜੀ ਭਿੰਡੀ ਤੋਰੀ ਆ ਦੁਕਾਨਾਂ ਤੇ ਲਿਖਿਆ ਉਹਨੂੰ ਉੱਥੇ ਅਕਰਾ, ਭਿੰਡੀ ਤੋਰੀ ਦਾ ਨਾਂ ਕੀ ਲਿਖਿਆ ਇੱਥੇ ਦੁਕਾਨਾਂ ਤੇ, ਅਕਰਾ, AKR। ਅਸੀਂ ਇੱਥੇ ਲੇਡੀ ਫਿੰਗਰ, ਅਸੀਂ ਉਹਨੂੰ ਲੇਡੀ ਫਿੰਗਰ ਕਹਿੰਦੇ ਹੁੰਦੇ ਇੱਥੇ। ਏਦਾਂ ਦੇ ਕਿੰਨੇ ਸਾਰੇ ਨਾਂ ਆ, ਕਿੰਨੀ ਸਾਰੀ ਜਿਹੜੀ ਜਿਹੜੀ ਬੋਲ ਚਾਲ ਦੀ ਗੱਲ ਹੁੰਦੀ ਆ, ਉਹ ਭਾਸ਼ਾ ਦੀ ਨਾਂ ਆਉਂਦੀ ਹੈ। ਜਦ ਤੁਸੀਂ ਭਾਸ਼ਾ ਵਿੱਚ ਜੰਮੋ ਪੜੋ, ਜਦ ਤੁਸੀਂ ਉਸ ਭਾਸ਼ਾ ਵਿੱਚ ਲੰਬਾ ਸਮਾਂ ਰਹੋ ਤੇ ਉਹਦੇ ਵਿੱਚ ਉਹਦੇ ਵਿਚਰੋ। ਜਿਹੜਾ ਮੇਰਾ ਨਾਟਕ ਉਹ ਵਿਚਾਰਾ ਵਿਲੀਅਮ ਹੈ, ਲਘੂ ਨਾਟਕ ਹੈ, 20 ਮਿੰਟ ਦਾ, ਸਟੇਜ ਦੇ ਉੱਤੇ ਖੇਲਿਆ ਜਾ ਸਕਦਾ, ਉਹ ਇਸੇ ਚੀਜ਼ ਦੇ ਬਾਰੇ ਆ, ਲੈਂਗੁਏਜ ਦੇ ਬਾਰੇ ਆ। ਠੀਕ ਹੈ, ਪਰ ਡਾਕਟਰ ਅਵਤਾਰ ਸਿੰਘ ਜੀ, ਜਿਵੇਂ ਤੁਸੀਂ ਭਾਸ਼ਾ ਦੀ ਗੱਲ ਕੀਤੀ ਹੈ ਕਿ ਭਾਸ਼ਾ ਦਾ ਅੰਤਰ ਵੀ ਬਹੁਤ ਜ਼ਿਆਦਾ ਹੈਗਾ, ਜੇਕਰ ਨੌਜਵਾਨਾਂ ਦੀ ਗੱਲ ਕਰੀਏ, ਬੱਚਿਆਂ ਦੀ ਗੱਲ ਕਰੀਏ, ਕਿਉਂਕਿ ਬੱਚੇ ਸਕੂਲ ਵਿੱਚ ਜਾਂਦੇ ਨੇ ਤਾਂ ਭਾਸ਼ਾ ਸਿੱਖ ਜਾਂਦੇ ਨੇ, ਨੌਜਵਾਨ ਦਫ਼ਤਰਾਂ ਵਿੱਚ ਕੰਮ ਕਰਦੇ ਨੇ, ਬਾਹਰ ਦੁਕਾਨਾਂ ਤੇ ਕੰਮ ਕਰਦੇ ਨੇ, ਆਪਣਾ ਰੋਜ਼ਗਾਰ ਦਾ ਕੋਈ ਨਾ ਕੋਈ ਸਾਧਨ ਉਹਨਾਂ ਦਾ ਹੁੰਦਾ, ਤੇ ਕਿਤੇ ਨਾ ਕਿਤੇ ਜਿਹੜੀ ਭਾਸ਼ਾ ਹੁੰਦੀ ਹੈ ਉਹ ਫਿਰ ਵੀ ਸਿੱਖ ਜਾਂਦੇ ਨੇ। ਪਰ ਜਦੋਂ ਉਹ ਆਪਣੇ ਬਜ਼ੁਰਗਾਂ ਨੂੰ ਆਸਟ੍ਰੇਲੀਆ ਕੈਨੇਡਾ ਬੁਲਾਉਂਦੇ ਨੇ ਤਾਂ ਕਿਤੇ ਨਾ ਕਿਤੇ ਬਜ਼ੁਰਗਾਂ ਨੂੰ ਜਿਹੜੀ ਭਾਸ਼ਾ ਦੀ ਕਮੀ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਖਲਦੀ ਹੈ, ਕਿਉਂਕਿ ਉਹਨਾਂ ਨੂੰ ਸਾਥ ਚਾਹੀਦਾ ਹੁੰਦਾ। ਜਦੋਂ ਉਹ ਬਾਹਰ ਨਿਕਲਦੇ ਨੇ ਆਪਣਾ ਸਾਥ ਲੱਭਦੇ ਨੇ ਤਾਂ ਭਾਸ਼ਾ ਇੱਕ ਸਭ ਤੋਂ ਵੱਡਾ ਜਿਹੜਾ ਹੈਗਾ ਉਹਨਾਂ ਦਾ ਕਮਜ਼ੋਰੀ ਬਣ ਜਾਂਦੀ ਹੈ, ਕਿਉਂਕਿ ਉਹ ਇਕੱਲੇ ਜਿਹੜੇ ਮਾਲ ਵਿੱਚ ਨਹੀਂ ਜਾ ਸਕਦੇ, ਇਕੱਲੇ ਕਿਸੇ ਮਾਰਕੀਟ ਵਿੱਚ ਨਹੀਂ ਜਾ ਸਕਦੇ, ਇਕੱਲੇ ਕੋਈ ਖਰੀਦਾਰੀ ਨਹੀਂ ਕਰਨ ਜਾ ਸਕਦੇ, ਤਾਂ ਕਿਤੇ ਨਾ ਕਿਤੇ ਉਹ ਸਿਰਫ ਆਪਣੇ ਬੱਚਿਆਂ ਤੇ ਡਿਪੈਂਡੈਂਟ ਹੋ ਕੇ ਰਹਿ ਜਾਂਦੇ ਨੇ। ਫਿਰ ਉਹਨਾਂ ਨੂੰ ਜਿਹੜੀ ਘਲਦੀ ਹੈਗੀ ਆ ਉਹ ਸਿਰਫ ਉਹਨਾਂ ਦੀ ਜਿਹੜੀ ਹੈ ਸਾਥ ਜਿਹੜਾ ਹੈਗਾ ਉਹ ਘਲਦਾ। ਉਸ ਬਾਰੇ ਕੀ ਕਹਿਣਾ ਚਾਹੋਗੇ ਬਜ਼ੁਰਗਾਂ ਬਾਰੇ? ਉਹਦੇ ਵਾਸਤੇ ਉਹਨਾਂ ਚੀਜ਼ਾਂ ਦਾ ਕੋਈ ਹੱਲ ਨਹੀਂ ਹੁੰਦਾ। ਜਿਹੜੀ ਚੀਜ਼ ਤੁਸੀਂ ਬੋਲੀ ਆ ਕਿ ਬਜ਼ੁਰਗ ਬੰਦੇ ਨੇ ਹੁਣ ਉਹਨੇ ਅਡੈਪਟਿਵ, ਜਿਹੜੇ ਬਜ਼ੁਰਗ ਬੰਦੇ ਆਏ ਲੇਟ ਘੁੰਮਣ ਫਿਰਨ ਆਏ, ਮੈਂ ਇੱਕ ਲੇਖ ਲਿਖਿਆ ਸੀ ਸੇਵਾ ਮੁਕਤ ਸੈਲਾਨੀ, ਮੇਰੇ ਇੱਕ ਲੇਖ ਸੀ ਉਹ ਅਜੀਤ ਨੇ ਛਾਪੇ, ਜਲੰਧਰ ਤੋਂ ਅਜੀਤ ਨੇ ਛਾਪਿਆ ਸੀ 2 ਸਾਲ ਪਹਿਲਾਂ ਮੈਗਜ਼ੀਨ ਸੈਕਸ਼ਨ ਚ। ਉਹ ਲੇਖ ਦਾ ਨਾਂ ਸੀ ਸੇਵਾ ਮੁਕਤ ਸੈਲਾਨੀ, ਉਹਦਾ ਨਾਂ ਸੀ ਜਿਹੜੇ ਘੁੰਮਣ ਲੋਕ ਛਾਪੇ ਦਾ। ਉਹਦੇ ਤੁਹਾਡੇ ਵਾਲੀ ਗੱਲ ਉਹ ਕੀਤੀ ਹੋਈ ਸੀ ਮੈਂ, ਜਿਹੜੇ ਉਹ ਹੁਣ ਜਿਹੜੇ ਜਿਹੜੇ ਜਿਉਂ ਜਿਉਂ ਤੁਸੀਂ ਵੱਡੇ ਹੁੰਦੇ ਜਾਂਦੇ ਆ,
ਤੁਹਾਡੀ ਅਡੈਪਟੇਬਿਲਿਟੀ ਘਟਦੀ ਰਹਿੰਦੀ ਆ। ਤੁਸੀਂ ਕੋਈ ਆਪਣੇ ਬੋਲਣ ਚ ਵੀ ਤੁਸੀਂ ਚੇਂਜ ਕਰ ਸਕਦੇ ਆ ਆਪਣੇ ਆਪ ਨੂੰ, ਨਾ ਲਿਖਣ ਲਿਖਣ ਵਿੱਚ ਵੀ ਤੁਸੀਂ ਵਧੀਆ ਨਹੀਂ ਬਣਾ ਸਕਦੇ ਕਈ ਵਾਰੀ ਆਪਣੇ ਆਪ ਨੂੰ, ਉਹਦਾ ਕੋਈ ਇਹਨਾਂ ਚੀਜ਼ਾਂ ਦਾ ਹੱਲ ਹੀ ਨਹੀਂ। ਹੁਣ ਜਿਹੜੇ ਬਜ਼ੁਰਗ ਆ ਉਹ ਤਾਂ ਗਾਈਡੈਂਸ ਲੈਣਗੇ, ਜਾਂ ਜੀ ਜਿੰਨੀ ਕੁ ਅੰਗਰੇਜ਼ੀ ਆਉਂਦੀ ਹੈ ਜਾਂ ਕਿ ਦੁਕਾਨਦਾਰ ਨੂੰ ਉਸ ਚੀਜ਼ ਦਾ ਨਾਂ ਲੈ ਦੇਣ ਜਾਂ ਇਸ਼ਾਰਾ ਕਰ ਦੇਣ, ਉਹ ਤੁਹਾਨੂੰ ਦੇਣਦਾ ਆ। ਉਹ ਜਿਹੜੀ ਦੁਕਾਨਦਾਰ ਬੜੀ ਕੌਮ ਸਾਰ ਕੌਮ ਹੁੰਦੀ ਆ, ਜਿਹੜੀ ਸਮਾਜ ਦੀ ਸਭ ਤੋਂ ਤੇਜ਼ ਕੌਮ ਹੈ ਨਾ ਉਹ ਬਿਜ਼ਨਸਮੈਨ ਹੈ। ਤੁਹਾਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ। ਉਹ ਜਿਹੜਾ ਬਿਜ਼ਨਸਮੈਨ ਹੈ ਉਹ ਤਾਂ ਕਹਿੰਦੇ ਜਾ ਕੇ ਦੱਸੋ ਪੈਸਾ ਸਾਡੇ ਕੋਲ ਆ ਜਾਵੇ, ਸਮਝ ਅਸੀਂ ਆਪੇ ਲੈਣਾ ਕੀ ਕਹਿੰਦਾ। ਉਹ ਬਹੁਤ ਜਲਦੀ ਬਹੁਤ ਛੇਤੀ ਸਮਝ ਜਾਂਦੀ ਆ, ਨਾਲ ਬੱਚਿਆਂ ਨੂੰ ਲਿਜਾਣ ਦੀ ਬਹੁਤੀ ਲੋੜ ਵੀ ਨੀ ਪੈਂਦੀ। ਹੁਣ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਤੁਸੀਂ ਇੱਦਾਂ ਇੰਨਾ ਤਾਂ ਬੋਰਡ ਨੀ ਕਰ ਸਕਦੇ, ਇੰਨਾ ਚੇਂਜ ਨੀ ਕਰ ਸਕਦੇ, ਇੰਨੀ ਅਡੈਪਟੇਬਿਲਿਟੀ ਨਹੀਂ ਆ ਸਕਦੀ। ਉਹ ਤਾਂ ਸਾਨੂੰ ਤੁਹਾਨੂੰ 50 ਸਾਲ ਤੋਂ ਬਾਅਦ ਮੈਂ ਪੜ੍ਹਾਉਣ ਲੱਗਾ, ਉਹ ਕਹਿੰਦੇ ਸੀ ਵੀ 2-3 ਦਿਨ ਆ ਜਾਏਗਾ ਸਕੂਲ, ਤੈਨੂੰ ਸੱਦਿਆ ਕਰਾਂਗੇ, ਲਗਾਤਾਰ ਨੀ ਤੈਨੂੰ ਰੱਖ ਸਕਦੇ। ਤੁਹਾਡਾ ਜਿਹੜਾ ਲਹਿਜਾ ਆ ਬੋਲਣ ਦਾ ਉਹਨਾਂ ਦੇ ਮਨ ਚ ਹੁੰਦਾ, ਸਾਨੂੰ ਕਹਿੰਦੇ ਨੀ ਆ ਉਹ ਲਹਿਜਾ। ਜੇ ਅਸੀਂ ਫੇਲ ਹੋ ਜਾਂਦੇ ਗ੍ਰੈਜੂਏਟ ਡਿਪਲੋਮਾ ਐਜੂਕੇਸ਼ਨ ਦੇ ਵਿੱਚੋਂ, ਜਦੋਂ ਸਾਨੂੰ ਅਸੀਂ ਮੈਂ ਕੀਤੀ ਕੋਰਸ ਕੀਤਾ, ਉਹ 2 ਮਹੀਨੇ ਪ੍ਰੈਕਟਿਸ ਟੀਚਿੰਗ ਹੁੰਦੀ ਆ, ਕਲਾਸ ਦੇ ਮੂਹਰੇ ਖੜ ਕੇ ਪਿੱਛੇ ਸੁਪਰਵਾਈਜ਼ਰ ਬੈਠਾ ਹੁੰਦਾ ਚੈੱਕ ਕਰਦਾ ਹੁੰਦਾ। ਸਾਨੂੰ ਇਹ ਗੱਲ ਨੀ ਵੀ ਕਹਿ ਸਕਦੇ ਹੋ ਵੀ ਤੁਹਾਡਾ ਲਹਿਜਾ ਮਾੜਾ, ਪਰ ਉਹਨਾਂ ਦੇ ਮਨ ਵਿੱਚ ਹਮੇਸ਼ਾ ਰਹਿੰਦਾ ਇਹ ਬੰਦੇ ਲੇਟ ਹੋ ਗਏ, ਉਹਨਾਂ ਦੇਸ਼ਾਂ ਤੋਂ ਆਏ ਆ, ਜੇ ਛੋਟੇ ਛੋਟੇ ਉਮਰ ਦੇ ਵਿੱਚ ਆ ਜਾਂਦੇ ਤਾਂ ਇਹਨਾਂ ਨੇ ਜਲਦੀ ਸੈੱਟ ਹੋਣਾ ਸੀ। ਹਮੇਸ਼ਾ ਇਹ ਬੂਟਾ, ਤੁਹਾਨੂੰ ਪਤਾ ਵੀ ਜਿਹਨੇ ਛੋਟਾ ਬੂਟਾ ਹੋਵੇ ਉਹ ਬੜਾ ਵਧੀਆ ਲੱਗ ਜਾਂਦਾ ਜ਼ਮੀਨ ਦੇ ਵਿੱਚ, ਜਿੰਨਾ ਤੁਸੀਂ ਵੱਡਾ ਬੂਟਾ ਲਾਓਗੇ ਉਹ ਜ਼ਮੀਨ ਚ ਲੱਗਦਾ ਨੀ ਆ। ਬਿਲਕੁਲ, ਪਰ ਡਾਕਟਰ ਅਵਤਾਰ ਜੀ, ਜੇਕਰ ਹੁਣ ਅਸੀਂ ਬਜ਼ੁਰਗਾਂ ਦੀ ਗੱਲ ਕਰੀਏ, ਅਸੀਂ ਹੁਣ ਨੌਜਵਾਨਾਂ ਦੀ ਵੀ ਗੱਲ ਕਰ ਲੈਂਦੇ ਹਾਂ, ਕਿਉਂਕਿ ਨੌਜਵਾਨ ਜਦੋਂ ਇੱਕ ਗੱਲ ਨੂੰ ਠਾਣ ਲੈਂਦੇ ਨੇ ਕਿ ਅਸੀਂ ਬਾਹਰ ਜਾਣਾ ਹੀ ਜਾਣਾ ਹੈ, ਆਪਣੇ ਭਾਰਤ ਨੂੰ ਛੱਡ ਕੇ ਅਗਰ ਬਾਹਰ ਜਾਣਾ ਹੀ ਜਾਣਾ ਹੈ, ਫਿਰ ਸਾਨੂੰ ਕੋਈ ਵੀ ਤਰੀਕਾ ਕਿਉਂ ਨਾ ਅਪਣਾਉਣਾ ਪਏ, ਅਸੀਂ ਹਰ ਹੀਲੇ ਵਸੀਲੇ ਅਪਣਾਵਾਂਗੇ। ਉਹਨਾਂ ਨੌਜਵਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਲਗਾਤਾਰ ਨੌਜਵਾਨ ਜਿਹੜੇ ਨੇ ਉਹ ਗਲਤ ਤਰੀਕੇ ਨਾਲ ਬਾਹਰ ਜਾਣ ਦੇ ਜਿਹੜੇ ਚਾਹਵਾਨ ਹੁੰਦੇ ਨੇ, ਅਗਰ ਸਿੱਧਾ ਤਰੀਕਾ ਨਹੀਂ ਵੀ ਮਿਲਦਾ, ਕਿਉਂਕਿ ਸਿੱਧਾ ਤਰੀਕਾ ਕਈ ਵਾਰੀ ਬਹੁਤ ਲੰਬਾ ਵੀ ਹੁੰਦਾ ਹੈ, ਤੁਹਾਨੂੰ ਬਹੁਤ ਸਾਰੇ ਪੇਪਰ ਵਰਕ ਕਰਨਾ ਪੈਂਦਾ, ਬਹੁਤ ਸਾਰਾ ਪੜ੍ਹਨਾ ਪੈਂਦਾ, ਲਿਖਣਾ ਪੈਂਦਾ, ਔਰ ਆਪਣੇ ਕਈ ਐਗਜ਼ਾਮਸ ਕਲੀਅਰ ਕਰਨੇ ਪੈਂਦੇ ਨੇ, ਫਿਰ ਤੁਹਾਨੂੰ ਉੱਥੇ ਜੋਬ ਆਫਰ ਲੈਟਰ ਵੀ ਚਾਹੀਦਾ ਹੁੰਦਾ। ਸੋ ਕਿਤੇ ਨਾ ਕਿਤੇ ਨੌਜਵਾਨ ਲੱਗਦਾ ਹੈ ਕਿ ਇਹ ਬੜਾ ਵੱਡਾ ਪ੍ਰੋਸੀਜਰ ਹੈ, ਕਿਉਂ ਨਾ ਛੋਟਾ ਤਰੀਕਾ ਅਪਣਾਇਆ ਜਾਏ, ਪਰ ਲੇਕਿਨ ਉਹ ਜਿਹੜਾ ਛੋਟਾ ਤਰੀਕਾ ਹੁੰਦਾ ਹਮੇਸ਼ਾ ਗਲਤ ਰਾਹ ਵੱਲ ਲੈ ਕੇ ਜਾਂਦਾ, ਔਰ ਅਗਰ ਛੋਟੇ ਤਰੀਕੇ ਵਿੱਚ ਫਸ ਜਾਓ ਤਾਂ ਲੰਬੀ ਜੇਲ੍ਹ ਦਾ ਰਸਤਾ ਵੀ ਉਹਨਾਂ ਨੂੰ ਅਖਤਿਆਰ ਕਰਨਾ ਪੈਂਦਾ। ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਉਹਨਾਂ ਨੌਜਵਾਨਾਂ ਨੂੰ ਦੱਸਿਆ, ਮੈਂ ਪਹਿਲੇ ਵੀ ਜਿਹੜਾ ਸ਼ਾਰਟਕਟ, ਮੈਂ ਤਾਂ ਬਣਾਉਣ ਦੇ ਹੱਕ ਵਿੱਚ ਹੀ ਨਹੀਂ, ਮੈਂ ਤਾਂ ਆਸਟ੍ਰੇਲੀਆ ਆਉਣਾ ਹੀ ਨਹੀਂ ਸੀ ਹੈਗਾ। ਮੈਂ ਤਾਂ ਜਦੋਂ 45 ਸਾਲ ਦੇ, ਮੇਰਾ 1 ਮਹੀਨਾ ਰਹਿੰਦਾ ਸੀ 45 ਸਾਲ ਹੋਣ ਤੋਂ, ਮੈਨੂੰ ਕਿਹਾ ਯਾਰ ਨਿਆਣੇ ਸ਼ਾਇਦ ਲੋਕੀ ਬਾਹਰ ਭੇਜਦੇ, ਤੂੰ ਆਪੇ ਅਪਲਾਈ ਕਰਕੇ ਦੇਖ ਲੈ। ਤਾਂ ਮੈਂ ਆਪਣੀ ਐਪਲੀਕੇਸ਼ਨ ਪਾ ਦਿੱਤੀ, 1.5 ਸਾਲ ਚ ਸਾਰਾ ਕੁਛ ਹੋ ਗਿਆ, ਜਦਕਿ ਉਸ ਉਮਰ ਦੇ ਵਿੱਚ ਇੰਨੇ ਪੁਆਇੰਟ ਬਣ ਗਏ। ਲੇਕਿਨ ਜਿਹੜੇ ਤੁਸੀਂ ਸ਼ਾਰਟਕਟ ਵਾਲੇ ਕਹਿੰਦੇ ਆ, ਜੇ ਮੇਰਾ ਨਾਂ ਬਣਦਾ, ਮੈਂ ਤਾਂ ਸੋਚਿਆ ਸੀ ਵੀ ਬਾਈ 23 ਹਜ਼ਾਰ ਰੁਪਇਆ ਮੈਂ ਗੁਆਉਣ ਲੱਗਾ, ਸੁੱਟਣ ਲੱਗਾ, ਜਿਹੜੀ ਪ੍ਰੋਸੈਸਿੰਗ ਫੀਸ ਸੀਗੀ ਮੇਰੀ ਐਪਲੀਕੇਸ਼ਨ ਦੀ। ਨਹੀਂ ਬਣੂਗਾ ਨਾ ਸਹੀ, ਸ਼ਾਰਟਕਟ ਵਾਲਿਆਂ ਨੂੰ ਮੈਂ ਤਾਂ ਡਿਸਕਰੇਜ ਕਰੂੰਗਾ, ਕਿਉਂਕਿ ਬਾਅਦ ਵਿੱਚ ਜਦੋਂ ਆ ਜਾਂਦੇ ਆ ਉਹਨਾਂ ਨੂੰ ਪੀਆਰ ਨਹੀਂ ਮਿਲਦੀ, ਫਿਰ ਉਹ ਕੋਈ ਸੁਸਾਈਡ ਕਮਿਟ ਕਰਦਾ, ਕਿਸੇ ਦਾ ਮਾਪਾ ਹਾਰਟ ਫਾਦਰ, ਮੇਰੇ ਸਾਹਮਣੇ 1-2 ਬੰਦਿਆਂ ਦੇ ਫਾਦਰ ਹਾਰਟ ਅਟੈਕ ਨਾਲ ਇੱਥੇ ਪੂਰੇ ਹੋ ਗਏ, ਇੱਕ ਮੇਰਾ ਰਿਸ਼ਤੇਦਾਰ ਸੀ, ਇੱਕ ਬੰਦਾ ਹੋਰ ਸੀ। ਜਦੋਂ ਪੈਸੇ ਲੱਗ ਜਾਂਦੇ ਕਿੰਨੇ ਸਾਰੇ, ਕੋਈ ਫਾਇਦਾ ਨਹੀਂ। ਤੁਸੀਂ ਜੇ ਆਉਣਾ ਥਰੂ ਪ੍ਰੋਪਰ ਚੈਨਲ ਆਓ, ਆਪਣਾ ਟੈਸਟ ਦਿਓ, ਬੈਂਡ ਲਾਓ 7-8, ਬਾਰ ਬਾਰ ਤਿਆਰੀ ਕਰਕੇ ਆਈਲੈਂਡ ਵਿੱਚੋਂ ਬੈਂਡ ਲਾਓ ਵੱਧ ਤੋਂ ਵੱਧ, ਫਿਰ ਤੁਹਾਨੂੰ ਦੁਬਾਰਾ ਆਈਲੈਂਡ ਫਿਰ ਵੀ ਪਾਸ ਕਰਨਾ ਪੈਂਦਾ, ਦੁਬਾਰਾ ਗੋਰੇ ਕਹਿੰਦੇ ਆਈਲੈਂਡ ਪਾਸ ਕਰੋ। ਉਹ ਸਾਡੇ ਦੇਸ਼ਾਂ ਨੂੰ ਯਕੀਨ ਨਹੀਂ ਕਰਦੇ ਵੀ ਸਹੀ ਆਈਲੈਂਡ ਪਾਸ ਕਰਕੇ ਆਇਆ ਵੀ ਹੋਊ, ਨਹੀਂ ਉਹ ਤਾਂ ਕਹਿੰਦੇ ਵੀ ਜਾਲੀ ਡਿਗਰੀ। ਉਹ ਕਹਿੰਦੇ ਵੀ ਇੰਡੀਆ ਦੇ ਵਿੱਚੋਂ ਜਿਹੜੀਆਂ 60-70% ਡਿਗਰੀਆਂ ਆ ਉਹ ਕਹਿੰਦੇ ਜਾਲੀ ਹੁੰਦੀਆਂ, ਗੋਰਿਆਂ ਦਾ ਅਸੀਂ ਗੱਲ ਕਰੀਏ ਪਤਾ ਨੀ ਕਿੱਧਰੋਂ ਕਹਿੰਦੇ ਲੈ ਕੇ ਆ ਜਾਂਦੇ ਆ। ਜਿਸ ਕਰਕੇ ਸ਼ਾਰਟਕਟ ਨੂੰ ਮੈਂ ਕੋਈ ਮੈਂ ਡਿਸਕਰੇਜ ਕਰਦਾ, ਇਹ ਬਿਲ ਘੱਟ ਤੋਂ ਘੱਟ ਟਾਈਮ ਚ ਨਹੀਂ ਆਇਆ ਜਾ ਸਕਦਾ, ਪੂਰਾ ਪੜ੍ਹਾਈ ਕਰੋ ਆਪਣਾ ਲਾਓ, ਜੋ ਬਣਦਾ ਕਾਗਜ਼ ਪੱਤਰ ਪੂਰਾ ਕਰੋ, ਕਰਕੇ ਆਉਣਾ ਚਾਹੀਦਾ, ਨਹੀਂ ਤਾਂ ਬਾਅਦ ਚ ਪ੍ਰੋਬਲਮ ਹੈ ਪ੍ਰੋਬਲਮ ਹੈ ਇੱਥੇ। ਬਿਲਕੁਲ ਠੀਕ ਹੈ। ਕਰੋਨਾ ਦਾ ਸਮਾਂ ਪਿੱਛੇ ਚੱਲ ਰਿਹਾ ਸੀ ਔਰ ਅੱਜ ਵੀ ਅਸੀਂ ਕਰੋਨਾ ਨਾਲ ਲਗਾਤਾਰ ਜੰਗ ਉਹਦੇ ਨਾਲ ਜਾਰੀ ਹੈਗੀ ਸਾਡੀ, ਤੁਹਾਡਾ ਆਪਣਾ ਅਖਬਾਰ ਵੀ ਹੈਗਾ, ਤੇ ਕਿਸ ਤਰ੍ਹਾਂ ਦਾ ਸਮਾਂ ਪਿੱਛੇ 6-7 ਮਹੀਨੇ ਅਗਰ ਜਗਤ ਦੇਖੀਏ ਪਿੱਛੇ 6-7 ਮਹੀਨੇ ਤੇ ਝਾਤ ਮਾਰੀਏ, ਕਿਉਂਕਿ ਲਗਾਤਾਰ ਲੋਕਡਾਊਨ ਦਾ ਸਮਾਂ ਵੀ ਰਿਹਾ, ਕਿਸ ਤਰ੍ਹਾਂ ਦਾ ਰਿਹਾ ਤੁਸੀਂ ਵੇਖਦੇ ਹੋ ਕਿ ਪੂਰਾ ਇਹ ਕਾਲ ਜਿਹੜਾ ਹੈਗਾ? ਦੇਖੋ ਮੈਂ ਸਾਰਾ ਵਰਲਡ ਦੇ ਫਿਕਰ ਪੜ੍ਹਦਾ ਰਿਹਾ ਜਦੋਂ ਸ਼ੁਰੂ ਹੋਇਆ ਉੱਥੋਂ, ਇਟਲੀ ਤੋਂ, ਇਟਲੀ, ਅਮੈਰੀਕਾ, ਇੰਗਲੈਂਡ, ਬਹੁਤ ਡੈਥਾਂ ਹੋਈਆਂ, ਬਹੁਤ ਮੌਤਾਂ ਹੋਈਆਂ, ਬਹੁਤ ਵਿੱਚ
ਬ੍ਰਾਜ਼ੀਲ ਚ ਬੈਲਜੀਅਮ ਚ ਤਾਂ ਨਹੀਂ ਹੁੰਦੇ ਨਹੀਂ ਆ, ਫਿਰ ਕਰਦਾ ਕਰਦਾ ਆਸਟ੍ਰੇਲੀਆ ਦੇ ਪਾਸੇ ਵੀ ਪਹੁੰਚਿਆ ਹੈ ਥੋੜਾ ਜਿਹਾ, ਉਹ ਪਹੁੰਚਿਆ ਜੀ ਕਰੂਜ਼ ਰਾਹੀਂ। ਕਰੂਜ਼ ਜਿਹੜੇ ਸ਼ੇਪ ਆ ਵੱਡੇ ਵੱਡੇ, ਉਹਨਾਂ ਚ ਯਾਤਰੂ ਮਹੀਨਾ ਮਹੀਨਾ 2 ਮਹੀਨੇ ਸਮੁੰਦਰ ਚ ਸੈਰ ਸੂਰ ਕਰਨ ਜਾਂਦੇ ਆ, 2-3 ਮਹੀਨੇ ਸਮੁੰਦਰ ਚ ਘੁੰਮਦੇ ਰਹਿੰਦੇ ਆ, ਆਈਲੈਂਡ ਦੇ ਉੱਤੇ ਉਤਰ ਜਾਂਦੇ ਆ, ਸ਼ਾਪਿੰਗ ਕਰਦੇ ਆ, ਪੈਸੇ ਇਕੱਠੇ ਖਰਚ ਕੀਤੇ ਹੁੰਦੇ ਆ। ਉਹਨਾਂ ਦੇ ਲੋਕਾਂ ਤੋਂ ਆਇਆ ਕਰੋਨਾ ਇੱਥੇ ਪਹਿਲਾਂ ਪਹਿਲਾਂ ਜਦੋਂ ਉਹ ਇੱਥੇ ਉਤਰੇ, ਉਹ ਉਸੇ ਵੇਲੇ ਗਵਰਨਮੈਂਟ ਨੇ ਕੀ ਕੀਤਾ, ਸਾਡੀ ਜਿਹੜੀ ਸਾਡੀ ਮੈਂ ਆਹ ਸੂਬਾ ਹੈਗਾ NSW, ਇਹਨੂੰ ਨਿਊ ਸਾਊਥ ਵੇਲਸ ਕਹਿੰਦੇ ਆ, ਜਿਹਦੀ ਰਾਜਧਾਨੀ ਸਿਡਨੀ ਆ, ਇਹਨਾਂ ਨੇ ਇੱਕਦਮ ਉਹਨਾਂ ਨੂੰ ਏਕਾਂਤਵਾਸ ਕਰ ਦਿੱਤਾ, ਕੁਆਰੰਟਾਈਨ ਕਰ ਦਿੱਤਾ। ਕਰਨ ਤੋਂ ਬਾਅਦ ਇਹਦਾ ਸੂਬਾ ਇੱਥੇ ਦਾ ਜਲਦੀ ਠੀਕ ਹੋਣ ਲੱਗ ਪਿਆ। ਦੂਜੇ ਸੂਬੇ ਚ ਵੀ ਜਿਹੜੇ ਆਏ ਹੋਏ ਕੋਈ ਕਰੂਜ਼ ਜਲਦੀ ਠੀਕ ਕਰ ਲਿਆ ਉਹਨੇ, ਤੇ ਦੁਨੀਆਂ ਦੇ ਮੁਕਾਬਲੇ ਚ ਸਭ ਤੋਂ ਵਧੀਆ ਦੇਸ਼ ਜੇ ਕੋਈ ਰਿਹਾ ਉਹ ਤਾਂ ਹੈਗਾ ਵੈਸੇ ਨਿਊਜ਼ੀਲੈਂਡ ਛੋਟਾ ਆ, ਤੇ ਦੂਜੇ ਨੰਬਰ ਦੇ ਉੱਤੇ ਆਸਟ੍ਰੇਲੀਆ ਰਿਹਾ ਕਰੋਨਾ ਦੇ ਮਾਮਲੇ ਚ। ਹੁਣ ਤਾਂ ਸਾਡੇ ਕਰੋਨਾ ਦਾ ਕੋਈ ਮਾੜਾ ਮੋਟਾ ਹੀ ਹੈ ਵੀ, ਆ ਵਿਕਟੋਰੀਆ ਦੇ ਵਿੱਚ ਕੁਛ ਕੇਸ ਹੋਏ ਸੀਗੇ ਪਿਛਲੇ 4-5 ਮਹੀਨਿਆਂ ਦੇ ਵਿੱਚ, ਉਹ ਵੀ ਠੀਕ ਠੁਕ ਹੋ ਗਏ ਸਾਰੇ। ਹੁਣ 15-12 ਕੇਸ ਸਾਰੇ ਆਸਟ੍ਰੇਲੀਆ ਵਿੱਚ। ਕਰੋਨਾ ਦੇ ਪੱਖੋਂ ਆਸਟ੍ਰੇਲੀਆ ਬਹੁਤ ਵਧੀਆ ਰਿਹਾ, ਆਬਾਦੀ ਥੋੜੀ ਆ, ਖਾਣਾ ਪੀਣਾ ਸਾਫ਼ ਹੈ, ਤੇ ਹੈਦਰ ਵਾਂਗੂ ਨਹੀਂ ਹੈ, ਤੇ ਇਨਫਰਾਸਟ੍ਰਕਚਰ ਜਿਹੜੀ ਖਾਸ ਗੱਲ ਹੁੰਦੀ ਆ ਹੈਲਥ ਇਨਫਰਾਸਟ੍ਰਕਚਰ ਵੀ ਚੰਗਾ ਹੋਣਾ ਚਾਹੀਦਾ। ਜਿੱਥੇ ਆਬਾਦੀ 1 ਕਰੋੜ 1 ਅਰਬ 30 ਕਰੋੜ ਹੋਵੇ, 35 ਕਰੋੜ, ਉੱਥੇ ਤੁਸੀਂ ਇਨਫਰਾਸਟ੍ਰਕਚਰ ਨੂੰ ਇਨਫਰਾਸਟ੍ਰਕਚਰ ਵੀ ਚਾਹੀਦਾ, ਵੈਂਟੀਲੇਟਰ ਚਾਹੀਦੇ ਆ। ਇੱਥੇ ਆਸਟ੍ਰੇਲੀਆ ਕੋਲ ਜਿੰਨੀ ਆਬਾਦੀ ਆ ਉਹਨਾਂ ਸਮਾਨ ਬਹੁਤ ਇਹ ਠੀਕ ਕਰ ਲੈਂਦੇ ਆ। ਆਈ ਜ਼ਰੂਰ ਇੱਥੇ ਨੇ ਮਾੜੀ ਮੋਟੀ ਲਿਆਮਤ, ਲੇਕਿਨ ਕਾਫੀ ਹੱਦ ਤੱਕ ਠੀਕ ਠੁਕ ਕਰ ਰਹੀ ਨੀ, ਹੁਣ ਤਾਂ ਮਾੜੀ ਮੋਟੀ ਆ ਜੀ। ਹੁਣ ਇੱਕ ਵਾਰੀ ਮੈਂ ਫਿਰ ਵਿਦਿਆਰਥੀਆਂ ਦੇ ਵੱਲ ਜਾਵਾਂਗਾ, ਕਿਉਂਕਿ ਵਿਦਿਆਰਥੀ ਲਗਾਤਾਰ ਭਾਰਤ ਦੀ ਪੜ੍ਹਾਈ ਨੂੰ ਛੱਡ ਕੇ ਵਿਦੇਸ਼ਾਂ ਦੀ ਪੜ੍ਹਾਈ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ। ਤੁਹਾਨੂੰ ਲੱਗਦਾ ਹੈ ਕਿ ਵਿਦੇਸ਼ਾਂ ਵਿੱਚ ਜੇਕਰ ਪੜ੍ਹਿਆ ਜਾਏ ਵਿਦਿਆਰਥੀ, ਕਿਉਂਕਿ ਬਾਹਰ ਲੱਖਾਂ ਰੁਪਏ ਖਰਚ ਕਰਕੇ ਜਾਂਦੇ ਨੇ, ਮਾਂ ਪਿਓ ਦੇ ਉੱਤੇ ਇੱਕ ਬੋਝ ਵੀ ਪਾ ਕੇ ਜਾਂਦੇ ਨੇ, ਭਾਵੇਂ ਉਹ ਐਜੂਕੇਸ਼ਨ ਲੋਨ ਲੈਣ ਜਾਂ ਫਿਰ ਆਪਣੀ ਜ਼ਮੀਨ ਜਾਇਦਾਦ ਵੇਚਣ, ਕਿਸੇ ਨਾ ਕਿਸੇ ਤਰੀਕੇ ਨਾਲ ਉਹ ਬਾਹਰ ਪੜ੍ਹਨਾ ਜਾਣਾ ਚਾਹੁੰਦੇ ਨੇ। ਲੇਕਿਨ ਆਖਰੀ ਜਿਹੜੀ ਉਹਨਾਂ ਦੀ ਤਕਰੀਰ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਅਸੀਂ ਬਾਹਰ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋਣਾ ਹੈ। ਤੁਹਾਨੂੰ ਲੱਗਦਾ ਹੈ ਕਿ ਜੇਕਰ ਪੜ੍ਹਾਈ ਦਾ ਮੁਕਾਮ ਕੀ ਭਾਰਤ ਵਿੱਚ ਪੜ੍ਹਾਈ ਦਾ ਮੁਕਾਮ ਨੀਵਾਂ ਹੈ ਬਾਹਰਲੇ ਮੁਲਕਾਂ ਨਾਲੋਂ, ਕਿਉਂਕਿ ਅੱਜ ਸਾਡੇ ਕੋਲ ਟੌਪ ਦੀਆਂ ਯੂਨੀਵਰਸਿਟੀਆਂ ਮੌਜੂਦ ਨੇ, ਟੌਪ ਦੇ ਸਾਡੇ ਕੋਲ ਲੈਕਚਰਰਸ ਮੌਜੂਦ ਨੇ, ਟੌਪ ਦੀਆਂ ਸਾਡੇ ਕੋਲ ਡਿਗਰੀਜ਼ ਮੌਜੂਦ ਨੇ ਭਾਰਤ ਵਿੱਚ ਵੀ, ਪਰ ਫਿਰ ਵੀ ਬੱਚੇ ਭਾਰਤ ਦੀ ਪੜ੍ਹਾਈ ਨੂੰ ਤਰਜੀਹ ਨਹੀਂ ਦੇ ਰਹੇ, ਵਿਦੇਸ਼ਾਂ ਦੀ ਪੜ੍ਹਾਈ ਨੂੰ ਜ਼ਿਆਦਾ ਤਰਜੀਹ ਦੇ ਰਹੇ ਨੇ। ਤੁਸੀਂ ਕਿਹੜਾ ਕੀ ਵੱਡਾ ਕਾਰਨ ਸਮਝਦੇ ਹੋ? ਮਨਮਾਨੇ ਸਾਹਿਬ, ਇਹ ਕੋਈ ਇੱਥੇ ਨੂੰ ਪੜ੍ਹਨ ਪੂਰਨ ਤਾਂ ਆਉਂਦੇ ਸਾਰੇ 30-40%, ਜਿਹੜੇ 70% ਲੋਕ ਹੈ ਉਹ ਇੱਥੇ ਪੜ੍ਹਨ ਪੂਰਨ ਨਹੀਂ ਆਉਂਦੇ ਹੈਗੇ। 70% ਲੋਕ ਤਾਂ ਕਹਿੰਦੇ ਵੀ ਸਾਨੂੰ ਬਸ ਪੱਕੇ ਹੋਣ, ਪੱਕੇ ਕਰ ਦਿਓ, ਕਿਤਾਬਾਂ ਚੁੱਕ ਕੇ ਪਰੇ ਮਾਰ ਦਿਓ, ਉਹ ਤਾਂ ਕਹਿੰਦੇ ਸਾਨੂੰ PR ਦੇ ਦਿਓ। ਜਿਹੜੀ ਪੜ੍ਹਾਈ ਹੈਗੀ ਆ ਉਹ ਤਾਂ PR ਹੋਣ ਲਈ ਜ਼ਰੀਆ ਆ, ਤੇ ਵਿਦੇਸ਼ਾਂ ਦੀ ਪਾਲਿਸੀ ਪਤਾ ਕੀ ਆ, ਆਸਟ੍ਰੇਲੀਆ ਵਰਗੇ ਦੇਸ਼ਾਂ ਦੀ ਪਾਲਿਸੀ ਆ ਵੀ ਉਹ ਅੰਡਰ ਡਿਵੈਲਪ ਕੰਟਰੀ ਆ, ਉੱਥੇ ਅੰਤਾਂ ਦੇ ਪੈਸੇ ਕੁਛ ਲਾ ਕੇ ਖਰਚ ਕਰਨ ਨੂੰ ਤਿਆਰ ਆ। ਦੇਸ਼ ਕਹਿੰਦਾ ਲੈ ਲਓ ਲੈ ਲਓ, ਲੱਖਾਂ ਚ ਲੈ ਲਓ ਡਾਲਰ, ਬਾਕੀ ਤੁਹਾਡੇ ਸਾਹਮਣੇ ਇੱਧਰ ਟਰੈਵਲ ਏਜੰਟ ਬੈਠੇ ਆ, ਇੱਧਰ ਟਰੈਵਲ ਕੰਸਲਟੈਂਸੀਜ਼ ਬੈਠੀਆਂ, ਟਰੈਵਲ ਕੰਸਲਟੈਂਸੀ ਦੇ ਸਾਡੇ ਬੰਦਿਆਂ ਨੇ ਪੰਜਾਬ ਚੋਂ ਆ ਕੇ, ਦਿੱਲੀ ਤੋਂ ਆ ਕੇ ਇੱਧਰ ਕੰਸਲਟੈਂਸੀ, ਇਮੀਗ੍ਰੇਸ਼ਨ ਜਾਂ ਮਾਈਗ੍ਰੇਸ਼ਨ ਕੰਸਲਟੈਂਸੀ ਖੋਲੀਆਂ ਹੋਈਆਂ। ਉਹ ਕੀ ਕਰਦੇ, ਕਿਸੇ ਨੇ ਸਬਜੈਕਟ ਚੇਂਜ ਕਰਨਾ, ਕਿਉਂਕਿ ਤੁਹਾਨੂੰ ਪਤਾ ਵੀ ਇੱਥੇ ਸਬਜੈਕਟਾਂ ਦੇ ਨੰਬਰ ਹੈ, ਪੁਆਇੰਟ ਹੈ, ਜੇ ਹੁਣ ਹੋਸਪਿਟੈਲਿਟੀ ਦੇ ਘੱਟ ਪੁਆਇੰਟ ਹੈ, ਇਨਫੋਰਮੇਸ਼ਨ ਟੈਕਨੋਲੋਜੀ ਦੇ ਘੱਟ ਪੁਆਇੰਟ ਹੈ, ਅਕਾਊਂਟਿੰਗ ਦੇ ਵੱਧ ਪੁਆਇੰਟ ਹੈ, ਹੈ ਜੀ ਕੰਪਿਊਟਰ ਦੇ ਵੱਧ ਪੁਆਇੰਟ ਹੈ। ਉਹ ਇਹ ਗਵਰਨਮੈਂਟ 2 ਸਾਲਾਂ ਬਾਅਦ ਪਾਲਿਸੀ ਚੇਂਜ ਕਰ ਦਿੰਦੀ ਆ, ਇਹ ਕਹਿੰਦੇ ਵੀ ਇੰਨੇ ਪੁਆਇੰਟ ਚਾਹੀਦੇ ਆ, ਉਹ ਜਿਹੜੇ ਘੱਟ ਜਦੋਂ ਜਿਹਨਾਂ ਜਿਹਨਾਂ ਸਬਜੈਕਟਾਂ ਦੇ ਘੱਟ ਪੁਆਇੰਟ ਆ ਉਹ ਸਟੂਡੈਂਟ ਨੂੰ ਛੱਡਣੇ ਪੈਂਦੇ ਪੁਆਇੰਟ, ਉਹਦੇ ਥਾਂ ਤੇ ਵੱਧ ਵਾਲਾ ਪੁਆਇੰਟ ਰੱਖਣਾ ਪੈਂਦਾ। ਉਹ ਜਦੋਂ ਫਿਰ ਪੁਆਇੰਟ ਚੇਂਜ ਕਰ ਦਿੱਤਾ, ਜਿਹੜੇ ਇਹ ਨਾਲ ਹੋ ਕੇ ਕਰਵਾ ਕੇ ਦਿੰਦੀਆਂ ਉਹਨਾਂ ਨੂੰ, ਇਹ ਕਹਿੰਦੇ ਵੀ ਇੰਨੇ ਪੈਸੇ ਕੱਢ ਬਈ, ਇੰਨੇ ਪੈਸੇ ਕੱਢ ਬਈ, ਦੇਸ਼ ਆਪਣੇ ਪੈਸੇ ਕਮਾਈ ਜਾ ਰਿਹਾ, ਅੰਤਾਂ ਦੇ ਫੋਰਨ ਸਟੂਡੈਂਟ ਤੋਂ ਆਸਟ੍ਰੇਲੀਆ ਨੂੰ ਅੰਤਾਂ ਦੇ ਪੈਸੇ ਦੇਸ਼ ਨੇ ਕਮਾਏ ਇਸਨੇ। ਇੱਦਾਂ ਜਿਹੜੇ ਤੁਹਾਨੂੰ ਦੱਸਿਆ ਮੈਂ ਬੰਦੇ ਹੋਰ ਨਾਲ ਲੱਗਦੇ, ਉਹ ਵੀ ਪੈਸੇ ਕਮਾਉਂਦੇ ਆ। ਜਿਹੜਾ ਵਿਦਿਆਰਥੀ ਆ ਉਹਦੇ ਵਾਸਤੇ ਤਾਂ ਉਹ ਮਿਰਗ ਤ੍ਰਿਸ਼ਨਾ ਆ, ਜਿਹੜਾ ਵਿਦਿਆਰਥੀ ਉਹਦੇ ਵਾਸਤੇ ਮਿਰਗ ਤ੍ਰਿਸ਼ਨਾ ਹੈਗੀ ਹੈ। ਉਹ ਕਹਿੰਦਾ ਵੀ ਚਲੀ ਜਾਓ ਚਲੀ ਜਾਓ, ਹੋ ਜਾਣਾ ਮੈਂ ਇੱਕ ਦਿਨ, ਹੋਊਂਗਾ ਹੀ ਪੱਕਾ, ਹੋਊਂਗਾ ਹੀ ਪੱਕਾ, ਹੋਊਂਗਾ ਹੀ। ਬਾਕੀ ਪੜ੍ਹਾਈ ਇੰਡੀਆ ਦੀ ਕੋਈ ਮਾੜੀ ਪੜ੍ਹਾਈ ਨਹੀਂ ਹੈ, ਇੰਡੀਆ ਵਿੱਚ ਸਭ ਕੁਛ ਹੈਗਾ, ਪੜ੍ਹਾਈ ਦੇ ਪੱਖੋਂ ਬੜੇ ਸਕਾਲਰ ਇਸ ਦੇਸ਼ ਦੇ ਹੋਏ ਆ,
ਜਿਹੜੇ ਇਹਨਾਂ ਨੂੰ ਆ ਵੱਡੇ ਵੱਡੇ ਸਕਾਲਰ ਆਉਂਦੇ ਆ, ਚੰਗੇ ਚੰਗੇ ਪੜ੍ਹਿਓ, ਪਰ ਮਤਲਬ ਤੁਹਾਨੂੰ ਦੱਸਿਆ ਵੀ ਮੇਨ ਮਕਸਦ ਹੈਗਾ ਆ ਹਰ ਜਿਹੜਾ ਮਨੁੱਖ ਹੈ ਚੰਗੇ ਥਾਂ ਦੇ ਉੱਤੇ ਚੰਗੀ ਜਗ੍ਹਾ ਤੇ ਚੰਗੇ ਰਾਜ ਪ੍ਰਬੰਧ ਵਿੱਚ ਚੰਗੇ ਸਿਆਸੀ ਢਾਂਚੇ ਵਿੱਚ ਰਹਿਣਾ ਚਾਹੁੰਦਾ, ਜਿੱਥੇ ਸੇਫਟੀ ਹੋਵੇ ਤੇ ਜਿੱਥੇ ਇਨਫਰਾਸਟ੍ਰਕਚਰ ਵਧੀਆ ਹੋਵੇ, ਕਰੰਸੀ ਵਧੀਆ ਹੋਵੇ, ਉਹ ਤਾਂ ਇਸ ਕੰਮ ਲਈ ਆਉਂਦੇ ਇੱਧਰ ਨੂੰ। ਤੇ ਜੇ ਤੁਸੀਂ ਕਹੋ ਵੀ ਉਹ ਸਕਾਲਰ ਬਣਨ ਲਈ ਆਉਂਦੇ ਆ, ਤਾਂ ਮੈਨੂੰ ਦੱਸ ਦਿਓ ਉਹਨਾਂ ਨੇ ਕਿਹੜੀ ਵਾਧੀ ਡਿਸਟਿੰਕਸ਼ਨ ਇੱਥੇ ਪੜ੍ਹਨ ਤੋਂ ਬਾਅਦ ਪਿਛਲੇ ਜੀ ਹੁਣ ਪ੍ਰਵਾਸ ਦੀ ਹਿਸਟਰੀ, ਤੁਸੀਂ ਮੈਨੂੰ ਪ੍ਰਵਾਸ ਦੀ ਹਿਸਟਰੀ ਬਾਰੇ ਸਵਾਲ ਨਹੀਂ ਕੀਤਾ। ਜੇ ਪ੍ਰਵਾਸ ਦੀ ਹਿਸਟਰੀ ਮੈਂ ਤੁਹਾਨੂੰ ਪਿੱਛੋਂ ਦੱਸਾਂ, ਜ਼ਿਆਦਾ ਪ੍ਰਵਾਸ ਜ਼ਿਆਦਾ ਵਧਿਆ, ਉਹ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਦੱਸ ਦਿਓ ਕਿਹੜਾ ਕਿਹੜਾ ਸਕਾਲਰ, ਕਿਹੜਾ ਕੋਈ ਵੱਡਾ ਪੋਇਟ, ਕਿਹੜਾ ਕੋਈ ਵੱਡਾ ਸਾਇੰਟਿਸਟ ਇਹਨਾਂ ਦੇ ਵਿੱਚੋਂ ਪੈਦਾ ਹੋਇਆ, ਜਿਹੜਾ ਇੰਡੀਆ ਇੰਡੀਆ ਚ ਪੈਦਾ ਨੀ ਹੋ ਸਕਦਾ, ਜਮਾਨੇ ਦੇ ਚੈਂਜ ਹੋ ਸਕਦਾ। ਇਹ ਐਵੇਂ ਪੜ੍ਹਾਈ ਪੜੂਈ ਦੀ ਗੱਲ ਕੋਈ ਹੁੰਦਾ ਪੈਰਾ ਨੀ, ਉਹ ਸਿਰਫ ਸੈੱਟ ਹੋਣ ਦੀਆਂ ਗੱਲਾਂ ਆ। ਉਹ ਇਹ ਕਿਉਂਕਿ ਗੌਰਮੈਂਟ ਕਹਿੰਦੀ ਵੀ ਆਊਗਾ ਆਊਗਾ ਆਊਗਾ, ਪੈਸੇ ਆਪਾਂ ਕਮਾਵਾਂਗੇ, ਉਹ ਆਪਣੇ ਪੈਸੇ ਲਾਊਗਾ, ਸਾਰੇ ਬੰਦੇ ਪੈਸੇ ਕਮਾਣਗੇ, ਜਦੋਂ ਹੌਲੀ ਹੌਲੀ ਹੰਡ ਹੁਣ ਜਾਊਗਾ ਸਾਰੇ ਢਾਂਚੇ ਤੋਂ ਵਾਕਫ ਹੋ ਜਾਊਗਾ, ਫਿਰ ਅਸੀਂ ਉਹਨਾਂ ਨੂੰ ਪੱਕਾ ਵੀ ਕਰ ਦਿਆਂਗੇ। ਜੀ, ਪਰ ਨਾਲ ਹੀ ਡਾਕਟਰ ਅਵਤਾਰ ਜੀ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉੱਥੇ ਬੱਚੇ ਸੈਟਲ ਹੋਣ ਲਈ ਜਾਂਦੇ ਨੇ, ਕਈ ਨੌਜਵਾਨਾਂ ਨੂੰ ਸਿਰਫ ਇਹ ਲੱਗਦਾ ਹੈ ਕਿ ਉੱਥੇ ਸਿਰਫ ਜਿਹੜੀ ਡਾਲਰਾਂ ਦੀ ਚਮਕ ਹੈਗੀ, ਅਸੀਂ ਜਾਵਾਂਗੇ ਤੇ ਸਾਡੇ ਤੇ ਡਾਲਰਾਂ ਦੀ ਬਾਰਿਸ਼ ਸ਼ੁਰੂ ਹੋ ਜਾਏਗੀ, ਪਰ ਇਹ ਕਿਤੇ ਨਾ ਕਿਤੇ ਉਹ ਭੁੱਲ ਜਾਂਦੇ ਨੇ, ਭਾਵੇਂ ਕਿ ਤੁਸੀਂ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ 'ਚ ਚਲੇ ਜਾਓ, ਤੁਹਾਨੂੰ ਮਿਹਨਤ ਜਿਹੜੀ ਹੈ ਉਹ ਤਾਂ ਕਰਨੀ ਹੀ ਪਏਗੀ, ਔਰ ਮਿਹਨਤ ਦਾ ਫਲ ਤਾਂ ਹੀ ਮਿਲੇਗਾ ਜੇਕਰ ਤੁਹਾਡੇ ਵਿੱਚ ਕੁਝ ਨਾ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਏਗਾ ਔਰ ਤੁਹਾਡੇ ਵਿੱਚ ਕੋਈ ਨਾ ਕੋਈ ਟੈਲੈਂਟ ਹੋਏਗਾ, ਉਸ ਟੈਲੈਂਟ ਨੂੰ ਉਭਾਰਨਾ ਬੜਾ ਜ਼ਰੂਰੀ ਹੈਗਾ। ਉਹਨਾਂ ਨੌਜਵਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਲੋਕੀ ਵਿਦੇਸ਼ਾਂ ਦਾ ਸੁਪਨਾ ਲੈ ਕੇ ਡਾਲਰਾਂ ਦੀ ਚਮਕ ਦੇ ਕੇ ਉੱਥੇ ਪਹੁੰਚ ਤਾਂ ਜਾਂਦੇ ਨੇ, ਪਰ ਜਦੋਂ ਡਾਲਰ ਹਾਸਲ ਕਰਨ ਦੀ ਵਾਰੀ ਆਉਂਦੀ ਹੈ, ਮਿਹਨਤ ਕਰਨ ਦਾ ਟਾਈਮ ਆਉਂਦਾ, ਤਾਂ ਉਹਨੂੰ ਪਿੱਛੇ ਹੋ ਜਾਂਦੇ ਨੇ ਕਿ ਨਹੀਂ ਸਾਡੇ ਤੋਂ ਮਿਹਨਤ ਨਹੀਂ ਹੋਏਗੀ। ਉਹ ਆਪਣੇ ਮਨਮਾਨੇ ਸਾਹਿਬ ਵੀ ਡਾਲਰਾਂ ਦੇ ਬਾਰਸ ਵੀ ਜਦੋਂ ਨਾ ਦਿੱਲੀ ਉਤਰਦਾ ਬੰਦਾ ਫੇਰ ਬਹੁਤ ਜ਼ਿਆਦਾ ਲੱਗਦੀ ਆ, ਜਦੋਂ ਇੱਥੇ ਹੁੰਦਾ ਨਾ ਉਹ ਘੱਟ ਲੱਗਦੀ ਬਾਰਸ, ਉਹ ਜਦੋਂ ਦਿੱਲੀ ਉਤਰਦੇ ਜਦ 52 ਬਣਦੇ ਨਾ, ਜਦ ਇੱਕ ਦੇ 52 ਬਣਦੇ ਆ ਜੀ, ਤੇ ਇੱਧਰ ਹੁਣ ਜਿਹੜੀ ਜਿਹੜੀ ਵੀ ਕੋਈ ਜੋਬ ਕਰੂਗਾ, ਕੋਈ ਖੇਤੀ ਕਰੂਗਾ, ਫਲ ਤੋੜੂਗਾ ਜਾਂ ਕੋਈ ਟੈਕਸੀ ਚਲਾਊਗਾ, ਉਹਨੂੰ ਫੇਰ ਵੀ ਮਿਨੀਮਮ ਇੱਥੇ ਵੇਜਸ ਨਿਸ਼ਚਿਤ ਆ, ਗਵਰਨਮੈਂਟ ਦੀ ਪਾਲਿਸੀ ਆ, ਜਿਹੜੇ ਮਿਨੀਮਮ ਵੇਜਸ ਜੇ $15 ਘੰਟੇ ਦੇ ਆ ਉਹ ਦੇਣੇ ਪੈਣੇ, ਜੇ ਕੋਈ ਦਾ ਦਊਗਾ ਉਹ ਕੋਰਟ ਵਿੱਚ ਚਲ ਜਾਂਦੇ ਆ, ਬਾਅਦ ਇਕੱਠੇ ਪੈਸੇ ਦੇਣੇ ਪੈਣਗੇ ਆ ਰੈਸਟੋਰੈਂਟ ਵਾਲਿਆਂ ਨੂੰ। ਕਈ ਰੈਸਟੋਰੈਂਟਾਂ ਤੋਂ ਮੁੰਡੇ ਕੰਮ ਕੁੰਮ ਕਰਦੇ ਆ, ਕੁੜੀਆਂ ਕਰਦੇ ਆ, ਕਈਆਂ ਨੇ ਪੈਸੇ ਘੱਟ ਦਿੱਤੇ ਉਹਨਾਂ ਨੂੰ ਪਹਿਲਾਂ ਸਾਈਨ ਕਰਾਇਆ ਗਿਆ ਪੂਰੇ ਉੱਤੇ, ਜਾਂ ਇੱਦਾਂ ਜੇ ਸਾਈਨ ਕਰਦੇ ਹੋ ਉਹ ਸਾਈਨ ਵੀ ਕਰੇਗਾ ਵੀ ਸਾਨੂੰ ਇਹ ਪੱਕੇ ਕਰਵਾ ਦੂ ਵੀ ਡਰ ਸੀਗਾ, ਲੇਕਿਨ ਬਾਅਦ ਚ ਕੋਰਟ ਵਿੱਚ ਗਏ, ਪੈਟਰੋਲ ਹੋਈ ਪੈਟਰੋਲ ਪੰਪਾਂ ਦੀ ਵੀ ਹੋਈ ਦੋ ਚੋਂ ਦੀ ਇੱਥੇ ਸਾਡੇ ਇਲਾਕੇ ਚ, ਉਹ ਫਿਰ ਬਾਅਦ ਵਿੱਚ ਉਹ ਕਹਿੰਦੇ ਵੀ ਇੰਨੇ ਪੈਸੇ ਦਿੱਤੇ ਮਾਲਕ ਵਾ ਉਹ ਦੇ ਨੂੰ, ਕਾਰਨ ਇੱਥੇ ਇਹ ਆ ਵੀ ਇੱਥੇ ਪੈਸੇ ਟਾਈਮ ਸਿਰ ਤੇ ਪੂਰੇ ਮਿਲਦੇ ਆ, ਇੰਡੀਆ ਵਿੱਚ ਨਾ ਤਾਂ ਚੱਜਣਾ ਟਾਈਮ ਮਿਲਦੇ ਬੱਚਿਆਂ ਨੂੰ ਨਾ ਹੀ ਕਈ ਵਾਰ ਪੂਰੇ ਮਿਲਦੇ ਆ, ਤੇ ਜਦੋਂ ਉਹ ਜਦੋਂ ਮਿਲ ਜਾਂਦੇ ਨਾ ਜਦੋਂ ਮਿਲ ਜਾਂਦੇ ਆ ਉਹ ਫਿਰ ਉਹ ਜਦੋਂ ਰੁਪਈਏ ਚ ਕਨਵਰਟ ਹੁੰਦੇ ਆ, ਇਹਦੋ $1,000 ਦਾ 52,000 ਰੁਪਈਆ ਜਾ ਵੱਜਦਾ ਪੰਜਾਬ ਦੇ ਵਿੱਚ, ਉਹ ਉੱਥੇ ਬੰਦੇ ਬੈਠੇ ਲੈ ਜੀ ਕਮਾਰੇ ਹੋਏ ਕਮਾਰੇ ਲਾਓ ਸੈਲੀਬ੍ਰੇਟ ਕਰੋ, ਸ਼ਰਾਬ ਦੀਆਂ ਬੋਤਲਾਂ ਲਿਆਓ, ਫਿਰ ਉਹ ਕਹਿੰਦੇ ਲੈ ਵੀ ਕਮਾਲੇ ਹੋਏ 52,000 ਆ ਗਏ ਜੇ 1,00,000 ਆ ਗਿਆ, ਉਹ ਇੱਥੇ $1,000 ਉਹ ਨੀ ਕਮਾਏ, ਜਿਹੜਾ $1,000 ਇੱਥੇ ਟੈਕਸੀ ਡਰਾਈਵਰ $1,000 ਇੱਥੇ ਹਫ਼ਤੇ ਦੇ ਵਿੱਚ ਜੇ ਲੱਗੇ ਰਹਿਣ ਲੱਗੇ ਰਹਿਣ 1,100-1,200 ਵੀ ਕਮਾਉਂਦੇ ਰਹੇ ਟੈਕਸੀ ਡਰਾਈਵਰ ਇੱਕ ਹਫ਼ਤੇ ਦੇ ਵਿੱਚ, ਦੋ ਹਫ਼ਤਿਆਂ ਨੂੰ ਵੀ ਜੇ $1,00,000 ਬਣਾ ਕੇ ਪੰਜਾਬ ਨੂੰ ਛੱਡ ਦਿੱਤਾ, ਬਾਅਦ ਚ ਨਾ ਕੁਛ ਵੀ ਸਿੱਟੋ 2-3 ਮਹੀਨੇ, ਉਹ ਕਹਿੰਦੇ ਜੀ 1,00,000 ਰੁਪਈਆ ਆਇਆ ਫਲਾਨੇ ਨੂੰ 1,00,000 ਭੇਜਿਆ ਜੀ। ਗੱਲ ਇਹ ਆ ਮਤਲਬ ਜਿਹੜੀ ਤੁਹਾਨੂੰ ਦੱਸੀਏ ਪੈਸਿਆਂ ਦੀ, ਪੈਸੇ ਕੋਈ ਪੈਸੇ ਸਿਸਟਮੈਟਿਕ ਮਿਲਦੇ ਆ, ਟਾਈਮ ਸਿਰ ਮਿਲਦੇ ਆ, ਜਿੰਨਾ ਰੇਟ ਆ ਉਹ ਮਿਲਦਾ ਆ, ਉਹੀ ਉਹੀ ਪਛਾਣ ਲੱਗਣ ਲੱਗ ਪੈਂਦੀ ਅੰਦਰ ਜੇ ਏਦਾਂ ਮਿਲਦੇ ਰਹਿਣ, ਉਹ ਵੀ ਬਾਛੜ ਲੱਗਦੀ ਆ, ਹੋਰ ਕੋਈ ਜੇ ਇੱਧਰ ਨੀ ਇੱਧਰ ਖਰਚ ਕਰਨੇ ਹੋਣ ਨਾ, ਉਹ ਫਿਰ ਵੀ ਸਾਡਿਆਂ ਦਾ ਬੜਾ ਵਧੀਆ ਰਹਿਣਾ ਸਹਿਣ ਵਧੀਆ ਆ, ਇੱਧਰ ਨੀ ਇੱਧਰ ਆ ਤੁਹਾਡੇ ਸਾਹਮਣੇ ਕਰੋਨਾ ਕਰੋਨਾ ਆਇਆ ਨਾ, ਕਈਆਂ ਨੂੰ ਉਹਨਾਂ ਦੀ ਗਵਰਨਮੈਂਟ ਨੇ ਪੈਸੇ ਵੰਡ ਦਿੱਤੇ, 3-3 ਹਜ਼ਾਰ ਦੇਈ ਜਾਂਦੇ ਆ ਮਾੜੇ ਕਿੱਤੇ ਵਾਲੇ ਨੂੰ, 3-3 ਹਜ਼ਾਰ ਕਈ ਜਾਂ ਦਿੱਤੇ ਆ ਤੇ ਦੇ ਦੇ ਮਹੀਨੇ, ਕਈਆਂ ਨੂੰ 15-15 ਥੋੜ੍ਹਾ ਵਾਧਾ ਦੇ ਦਿੱਤਾ ਵੀ ਇੱਦਾਂ ਪੈਸੇ ਤਾਂ ਇਹ ਦੇਸ਼ ਦੇ ਦਿੰਦੇ ਆ, ਉਹਨਾਂ ਦੇ ਜਾਂ ਕਰਾਂਸੀ ਦੁੱਗਣੀ ਦੁੱਗਣੀ ਮਲਟੀਪਲਾਈ ਹੁੰਦੀ ਆ, ਫਿਰ ਉਹ ਬਹੁਤ ਜ਼ਿਆਦਾ ਲੱਗਦੀ ਆ। ਤੇ ਬਾਕੀ ਇੱਕ ਹੋਰ ਗੱਲ ਹੋਰ ਆ ਮਾੜੀ ਜਿਹੀ, ਉਹ ਇੱਥੇ ਵਰਕਿੰਗ ਕੰਡੀਸ਼ਨ ਬਹੁਤ ਵਧੀਆ ਆ, ਹੁਣ ਇੱਥੇ ਕੋਈ ਬੰਦੇ ਨੂੰ ਇਹ ਨੀ ਵੀ ਮੈਂ ਪਸੀਨੇ ਚ ਨੁੱਟੜ ਨੁੱਟੜ ਕੇ ਕੰਮ ਕਰਦਾ,
ਜੇ ਕੋਈ ਬੰਦਾ ਕੰਮ ਜੀ ਕਰਦਾ ਉੱਪਰ ਬੜਾ ਹੁਣ ਫੈਸਿਲਿਟੀ ਆ, ਪੱਖੇ ਲੱਗੇ ਹੋ ਆ, ਏਅਰ ਕੰਡੀਸ਼ਨ ਆ, ਸ਼ਾਪਿੰਗ ਸੈਂਟਰ ਸਾਰੇ ਏਅਰ ਕੰਡੀਸ਼ਨ ਆ, ਦਿੱਲੀ ਜਾਵੇ ਉੱਥੇ ਕਰੀ ਜਾਵੇ, ਚੀਜ਼ਾਂ ਟਿਕਾਈ ਜਾਵੇ ਉੱਪਰ, ਜਿਹੜੇ ਹੈਗੇ ਰੱਖਣੇ ਉਹਦੇ ਵਿੱਚ ਰੱਖੀ ਜਾਵੇ, ਕੀ ਆ ਉਹਨੇ ਪੈਸੇ $15 ਜਾਂ 14 ਘੰਟੇ ਦੇ ਮਿਲਣੇ ਆ, ਲੈ ਕੇ ਚੱਲ ਜਾਊਗਾ, ਉਹ ਕੀ ਬੜੇ ਥੋੜਾ ਕੱਪੜੇ ਪਾਏ ਹੋਣ, ਹੋਰ ਮਿੱਟੀ ਨੀ ਲੱਗਣੀ, ਕੁਛ ਨੀ ਹੋਣਾ, ਤੇ ਇੱਦਾਂ ਦੇ ਗੱਲ ਆ ਗਈ ਹੈ। ਸੋ ਕਿਤੇ ਨਾ ਕਿਤੇ ਨੈਚੁਰਲੀ ਗੱਲ ਹੈ ਕਿ ਜਿਹੜੀ ਮਿਹਨਤ ਹੈਗੀ ਆ ਉਹ ਨੌਜਵਾਨ ਕਰਨਾ ਭੁੱਲ ਜਾਂਦੇ ਨੇ, ਪਰ ਉਹਨਾਂ ਨੂੰ ਦਿਖਦਾ ਤਾਂ ਸਿਰਫ ਔਰ ਡਾਲਰ ਦੀ ਚਮਕ। ਬਹੁਤ ਬਹੁਤ ਸ਼ੁਕਰੀਆ ਅਵਤਾਰ ਸਿੰਘ ਸੰਘਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਡਾ, ਕਿਉਂਕਿ ਤਜਰਬਾ ਸਾਡੇ ਲਈ ਬੜਾ ਜ਼ਰੂਰੀ ਸੀ ਜਾਣਨਾ, ਉਹਨਾਂ ਨੌਜਵਾਨਾਂ ਲਈ, ਉਹਨਾਂ ਲੋਕਾਂ ਲਈ ਵੀ ਜਾਣਨਾ ਜੋ ਕਿ ਆਸਟ੍ਰੇਲੀਆ ਜਾਣਾ ਤਾਂ ਚਾਹੁੰਦੇ ਨੇ ਔਰ ਜਾਂ ਵੀ ਚਲੇ ਵੀ ਜਾਂਦੇ ਨੇ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਉਹਨਾਂ ਨਾਲ ਕਰਨਾ ਪੈਂਦਾ। ਬਹੁਤ ਬਹੁਤ ਸ਼ੁਕਰੀਆ ਡਾਕਟਰ ਅਵਤਾਰ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਮਹਿਕ ਪੰਜਾਬ ਦਾ, ਮਹਿਕ ਪੰਜਾਬ ਦੀ ਦਾ ਖਾਸ ਹਿੱਸਾ ਬਣਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਤੁਸੀਂ ਲਿਟਰੇਰੀ ਗੱਲਾਂ ਕਿਤਾਬਾਂ ਮੇਰੀਆਂ ਕਿਤਾਬਾਂ ਦੀਆਂ ਗੱਲਾਂ ਤੁਸੀਂ ਕੀਤੀਆਂ, ਜੀ ਉਹ ਵੀ ਤੁਹਾਡੇ ਨਾਲ ਜ਼ਰੂਰ ਕਰਾਂਗੇ, ਕਿਉਂਕਿ ਸਾਡੇ ਕੋਲ ਜਿਹੜੇ ਸਮਾਂ ਦੀ ਘਾਟ ਹੈਗੀ ਹੈ, ਸਮਾਂ ਵੀ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਹੋਰ ਤੁਹਾਡੇ ਨਾਲ ਗੱਲਾਂ ਕਰੀਏ, ਪਰ ਫਿਲਹਾਲ ਜੋ ਤੁਹਾਡੇ ਨਾਲ ਅਸੀਂ ਗੱਲਾਂ ਕੀਤੀਆਂ ਨੇ ਵਾਕਈ ਬਹੁਤ ਕਬਾ ਮਿਸਾਲ ਗੱਲਾਂ ਨੇ, ਬਹੁਤ ਬਹੁਤ ਸ਼ੁਕਰੀਆ। ਅਤੇ ਜੇਕਰ ਸਾਡੇ ਦਰਸ਼ਕ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ ਤੇ ਦਰਸ਼ਕ ਸਾਡੇ ਨਾਲ ਮੁਲਾਕਾਤ ਕਰਨਾ ਚਾਹੁੰਦੇ ਨੇ, ਆਪਣੇ ਕਮੈਂਟਸ ਦੇਣਾ ਚਾਹੁੰਦੇ ਨੇ, ਤਾਂ ਜ਼ਰੂਰ ਤੁਸੀਂ ਸਾਡੇ ਆਪਣੇ ਜਿਹੜੇ ਕਮੈਂਟਸ ਨੇ ਸਾਨੂੰ ਈਮੇਲ ਕਰ ਸਕਦੇ ਹੋ, ਸਾਡਾ ਈਮੇਲ ਪਤਾ ਹੈ info@cktimetv.com। ਜੇਕਰ ਤੁਸੀਂ ਸਾਨੂੰ ਵਟਸਐਪ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਸਾਡਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ, ਸਾਡਾ ਨੰਬਰ ਹੈ +1 209 275 3038, ਅਤੇ ਮੇਰਾ ਫੇਸਬੁੱਕ ਪੇਜ ਹੈ @ਬਲਿੰਦਰ ਅਫੀਸ਼ੀਅਲ। ਬਹੁਤ ਬਹੁਤ ਸ਼ੁਕਰੀਆ ਮਹਿਕ ਪੰਜਾਬ ਦੀ ਦਾ ਹਿੱਸਾ ਬਣਨ ਦੇ ਲਈ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ।